ਸੰਤਾਪੇ ਆਨੰਦ ਗੁਣੀ ਨਿਦਾਨ ਆਨੰਦ ਗੁਣੀ ਨਿਦਾਨ ਗੁਰੂ ਗਰੀਬ ਨਿਵਾ ਗਰੀਬ ਨਿਵਾ ਗਰੀਬ ਨਿਵਾ ਹਮਾਰੇ ਹਮਾਰੇ ਇਹ ਹੈ ਕਿਰਪਾ ਕੀ ਜੈ 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 ਅਲਮ ਕਰਨ ਕਾਜਨਾ
ਨਾਹੀ
ਸਤਿਗੁਰ ਸ਼ਰਣੀ ਜਾਏ ਸੀਸ ਨਿਵਾਇਆ, ਗੁਰ ਚਰਣੀ ਜਿਤ ਲਾਏ ਮੱਥਾ ਲਾਇਆ, ਸਤਿਗੁਰ ਸ਼ਰਣੀ ਜਾਏ ਆ
गुर चरणी कतलाए मथा लाए गुर चरणी कतलाए मथा लाए सतगुर शरणी जाए शीश निवाया सतगुर शरणी जाए शब्द सुरत लिवलाए हुक्म कमाया हुक्म कमाया शब्द सुरत लिवलाए हुक्म कमाया हुक्म कमाया शब्द सुरत निवलाए सतगुर शरणी जाए शीश निवाया सतगुर शरणी जाए शीश निवाया गुर चरणी चितलाए मथाला गुर चरणी चितलाए गुर शरणी जाए शीश निवाया सतगुर शरणी जाए शीश निवाया गुर चरणी चितलाए मथाला गुर चरणी चितलाए मथाला Thank you.
Thank you.
Thank you.
ਪ੍ਰਭ ਤੁਜਨੂੰ ਮੰਗੈ ਦਾਨ, ਪ੍ਰਭ ਤੁਜਨੂੰ ਮੰਗੈ ਦਾਨ। ਨਾਨਕ ਜਾਚਕ ਦਰ ਤੇਰੇ, ਪ੍ਰਭ ਤੁਜਨੂੰ ਕੋ ਲਗਾ ਜਿਸ ਕੇ ਵੱਡ ਬਾਗਾ। ਲਾਲ ਰੰਗ ਇਸ ਕੋ ਲਗਾ ਜਿਸ ਕੇ ਵੱਡ ਬਾਗਾ। ਲਾਲ ਰੰਗ ਜਿਸ ਕੋ ਲਗਾ ਜਿਸ ਕੇ ਵੱਡ ਬਾਗਾ। ਲਾਲ ਰੰਗ ਜਿਸ ਕੋ ਲਗਾ ਜਿਸ ਕੇ ਵੱਡ ਬਾਗਾ। ਮੈਂ ਲੱਗ ਦੇ ਨਾ ਹੋਵੇ ਦਾਗਾ।
ਰੰਗ ਜਿਸ ਕੋ ਲਗਾ ਜਿਸ ਕੇ ਵਡ ਪਾਗਾ ਰੱਬ ਪਾਇਆ ਸੁਖ ਦਾਇਆ ਮਿਲਿਆ ਸੁਖ ਪਾਏ ਸਹਿਜ ਸਮਾਨਾ ਪੀਤਰੇ ਛੋਟਿਆ ਨਹਿ ਜਾਏ ਪ੍ਰਭ ਪਾਇਆ ਸੁਖ ਦਾਇਆ ਲਾਲ
सफल दर्श तेरा पार ब्रह्म गुण नित तेरी बाणी पाव दूर तेरे दास की नानक कुर्बानी नानक कुर्बानी लाल रंग जिसको लगा जिसके संत जना मिल हर जस गायो कोट जन्म के दुख गवायो जो चाहत सोई मन पायो बाहर नाम दिवायो सर्व सुख हर नाम वडाई गुर प्रसाद नानक मत पाए श्लोक पवन गुरु बाणी पिता बाता दर्द महत दिवस रात दुई दाई दाया खेले सगल जगे आईया बुरे आईया वाचे धर्म हदूर धर्मिया को अपनी के नेड़े के दूर जिनी नाम ते आया कहे मुसक्कत कार नानक ते मुख उजले कीती छुट्टी नाल वाहिगुरु जी का खालसा वाह गुरु महाराज की गोद कीर्तन का आनंद माण रही बहुत ही सत्कारयोग माणयोग गुरु प्यारी गुरु सत्कारी गुरु का रूप गुरसाध संगत जी का खालसा वाहिगुरु जी की फतेह 18वीं 19वीं सदी दियां शहीदियां सिख इतिहास ਅਰਦਾਸਾਂ 'ਚ ਆਉਂਦੀਆਂ ਜਿਤਨੀਆਂ ਵੀ ਬੇਨਤੀਆਂ ਜਿਤਨੀਆਂ ਵੀ ਰੈਫਰੈਂਸ ਸੀ ਕਈ ਭੁੱਲੜ ਕਈ ਅਣਜਾਣ ਅਤੇ ਕਈ ਜਾਣ ਬੁੱਝ ਕੇ ਵੀ ਕਹਿਣਾ ਇਹ ਅਣਹੋਣੀਆਂ ਨੇ ਅਤਕਥਨੀਆਂ ਨੇ ਪਰ ਧੰਨ ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਜਰਵਾਣਿਆਂ ਦਾ ਹਮਲਾਵਰਾਂ ਦਾ ਇਹ ਫਿਊ ਗਿਣਤੀ ਬਹੁਤ ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਵੀ ਨਿਡਰਤਾ ਦੇ ਨਾਲ ਇੱਕ ਹਫ਼ਤਾ ਟਾਕਰਾ ਕੀਤਾ ਲਗਾਤਾਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਘੱਲੂਘਾਰਾ ਦਿਵਸ 35 ਵਰੇ ਬੀਤ ਗਏ ਅਤਿਆਚਾਰ ਜੋ ਵੀ ਬੀਤੇ ਸਿੱਖ ਹਿਰਦੇ ਵਲੂੰਦਰੇ ਗਏ ਉਹ ਦਰਦ ਉਹ ਦੁੱਖ ਉਹ ਤਕਲੀਫ ਉਹ ਸਾਲ ਸਾਡੇ ਹਿਰਦਿਆਂ 'ਚ ਮੌਜੂਦ ਹੈ ਦਮਦਮੀ ਟਕਸਾਲ ਦੇ ਵਰਤਮਾਨ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਤੁਹਾਡੇ ਇਸ ਦਰਦ ਨੂੰ ਤੁਹਾਡੇ ਇਸ ਸੰਤਾਪ ਨੂੰ ਪਨਪਦਿਆਂ ਵੱਡੇ ਮਹਾਂਪੁਰਖਾਂ ਦੀ ਸ਼ਹੀਦੀ ਨੂੰ ਫਿਰ ਹਰ ਸਾਲ ਜੋ ਯਾਦ ਕਰਨ ਦਾ ਉਪਰਾਲਾ ਉਦੋਂ ਦਾ ਚੱਲਦਾ ਆ ਰਿਹਾ ਜੂਨ ਦਾ ਪਹਿਲਾ ਹਫ਼ਤਾ ਸ਼ਹੀਦੀ ਹਫ਼ਤਾ ਘੱਲੂਘਾਰੇ ਦਾ ਇਹ ਘਨੌਣੇ ਦਿਨ ਉਹਨਾਂ ਦੀ ਮਨੌਤ ਇਹ 35ਵਾਂ ਵਾਰ ਹੈ ਆਪ ਜੀ ਸੰਗਤਾਂ ਨੇ ਹਾਜ਼ਰੀ ਭਰ ਕੇ
ਮਹਾਂਪੁਰਖਾਂ ਦੀ ਅਗਵਾਈ 'ਚ ਵਿਚਰਦਿਆਂ ਇਹ ਦਿਨ ਮਨਾਉਣ ਦਾ ਉਪਰਾਲਾ ਕੀਤਾ ਤੁਹਾਡੇ ਨਗਰ 'ਚ। ਅੱਜ ਮਹਾਂਪੁਰਖ ਆ ਪਹੁੰਚੇ ਨੇ, ਆਸਨ 'ਤੇ ਬਿਰਾਜਮਾਨ ਨੇ। ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂ, ਗੁਰ ਇਤਿਹਾਸ ਆਪਣੀ ਪਵਿੱਤਰ ਰਸਨਾ ਤੋਂ ਸੁਣਾ ਕੇ ਸੰਗਤਾਂ ਨੂੰ ਕਿਰਤਾਰਥ ਕਰਨ। ਕੁਝ ਵਿਚਾਰਾਂ 6 ਜੂਨ ਬਾਰੇ, ਗੁਰਮਤਿ ਵਿਦਿਆਲੇ ਬਾਰੇ, ਜੋ ਕੁਝ ਵੀ ਹੈ ਉਹ ਬਾਅਦ ਕੀਤੀਆਂ ਜਾਣਗੀਆਂ। ਸੰਤ ਮਹਾਂਪੁਰਖ ਬੇਨਤੀ ਪ੍ਰਵਾਨ ਕਰਨ, ਗੁਰ ਇਤਿਹਾਸ ਸਰਵਣ ਕਰਾਉਣ ਦੀ ਕਿਰਪਾਲਤਾ ਕਰਨ, ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ, ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਏ ਨਮੋਕਾਰ ਜੋਰੀ, ਨਮੋਕਾਰ ਜੋਰੀ, ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ, ਤਰੋਂ ਤਰਾ ਪਰ ਪੂਨ ਪੂਨ ਸੀਸ, ਪੂਨ ਪੂਨ ਸੀਸ, ਬੰਦੋਂ ਬਾਰ ਬਾਰ ਜਗਦੀਸ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦੋਂ ਕਰਿ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਥਿਨ ਸੰਤਨ ਕਾ ਬੰਦਨਾ
ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੀਪਾ ਹੁਤੋ ਕਾਸਰਾ ਰੂਰ ਸ੍ਰੀ ਅਰਜਨ ਕੇ ਰਹਿਤ ਹਜੂਰ ਦੀਪਾ ਹੁਤੋ ਕਾਸਰਾ ਰੂਰ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਵਰ ਛਤਰ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਮੁੱਛਲ ਦੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਬੜੇ ਚਾਅ ਉਤਸ਼ਾਹ ਸ਼ਰਧਾ ਭਾਵਨਾ ਦੇ ਨਾਲ 6 ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇੱਕ ਰੋਜ਼ਾ ਇਸ ਨਗਰ ਵਿੱਚ ਇਸ ਪਾਵਨ ਅਸਥਾਨ 'ਤੇ ਸ਼ਹੀਦੀ ਸਮਾਗਮ ਰੱਖੇ ਹਨ। ਆਪ ਜੀ ਨੇ ਜਥੇ ਦੇ ਭਟੰਗੀ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਮਨੋਹਰ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਜੀ ਦੀ ਗੁਰਬਾਣੀ ਦਾ ਫੁਰਮਾਨ ਹੈ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਸਤਿ ਸੰਗਤ ਜੀ 9 ਤਰ੍ਹਾਂ ਦੀ ਭਗਤੀ ਮੰਨੀ ਹੈ, ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਖ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ। ਜਿਹੜਾ ਤੁਸੀਂ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰੂ ਕੀ ਬਾਣੀ ਸੁਣਦੇ ਹੋ, ਕੀਰਤਨ ਸੁਣਦੇ ਹੋ, ਕਥਾ ਸੁਣਦੇ ਹੋ, ਇਹ ਵੀ ਸਾਧ ਸੰਗਤ ਜੀ ਬਹੁਤ ਵੱਡੀ ਭਗਤੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਸਿੱਖਾਂ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਪਿਛਲੇ ਯੁਗਾਂ ਵਿੱਚ ਲੋਕ ਬੜੇ ਕਠਿਨ ਤਪ ਕਰਿਆ ਕਰਦੇ ਸਨ, ਕਲਯੁੱਗ ਦੇ ਵਿੱਚ ਅਸੀਂ ਕਿਹੜਾ ਤਪ ਕਰੀਏ? ਬੜਾ ਭਿਆਨਕ ਸਮਾਂ ਹੈ ਸੱਚੇ ਪਾਤਸ਼ਾਹ, ਸਰੀਰਾਂ ਵਿੱਚ 19 ਤਾਕਤ, 19 ਬਲ, 19 ਮਜ਼ਬੂਤੀ, 19 ਸਮਰੱਥਾ ਨੇ ਜਿੰਨੀ ਪਿਛਲੇ ਯੁਗਾਂ ਦੇ ਲੋਕਾਂ ਦੇ ਸਰੀਰਾਂ ਵਿੱਚ ਤਾਕਤ ਹੋਇਆ ਕਰਦੀ ਸੀ।
ਸੰਗਤ ਦੀ ਨਿਗਾਹ ਮਾਰ ਕੇ ਦੇਖ ਲਓ, ਅੱਜ ਤੋਂ 50 ਸਾਲ ਪਹਿਲਾਂ ਦੇ ਜਿਹੜੇ ਸਾਡੇ ਬਜ਼ੁਰਗਾਂ ਦੇ ਸਡੌਲ ਸਰੀਰ, ਬੜੇ ਮਿਹਨਤੀ ਮੁਸ਼ਕਤੀ ਸਰੀਰ ਔਰ ਬੜੀ ਘਾਲਣਾ ਘਾਲਣ ਵਾਲੇ ਸਰੀਰ, ਲੰਮੀਆਂ ਉਮਰਾਂ ਭੋਗਣ ਵਾਲੇ, ਤੰਦਰੁਸਤ ਜੀਵਨ ਜਿਉਣ ਵਾਲੇ, ਹਸਮੁੱਖ ਰਹਿਣ ਵਾਲੇ, ਸਤਸੰਗਤ ਕਰਨ ਵਾਲੇ, ਗੁਰਮੁਖ ਇਹੋ ਜਿਹੇ ਸ਼ੁਭ ਗੁਣਾਂ ਵਾਲੇ ਬਜ਼ੁਰਗ ਹੋਇਆ ਕਰਦੇ, ਅੱਜ ਉਹੋ ਜਿਹਾ ਸਰੀਰਾਂ ਵਿੱਚ ਪੁਰਾਣੇ ਸਮਿਆਂ ਵਰਗਾ ਬਲ ਨਹੀਂ ਰਿਹਾ ਸਾਡਿਆਂ ਵਿੱਚ। ਕਿੱਥੇ ਸਾਧ ਸੰਗਤ ਜੀ, ਉਦੋਂ ਹੱਥਾਂ ਨਾਲ ਝੱਲਣ ਵਾਲੀ ਪੱਖੀ ਵੀ ਨਹੀਂ ਮਿਲਦੀ ਸੀ, ਪਰ ਗਰਮੀ ਸਰਦੀ ਦੇ ਵਿੱਚ ਸਰੀਰ ਇੰਨੇ ਕਮਾਏ ਹੋਏ ਸਨ, ਜਿੰਨੀ ਮਰਜ਼ੀ ਗਰਮੀ ਪੈ ਜਾਏ, ਠੰਡ ਪੈ ਜਾਏ, ਪਰਵਾਹ ਨਹੀਂ ਕਰਦੇ ਸਨ। ਤਿੱਖੜ ਦੁਪਹਿਰਿਆਂ ਵਿੱਚ ਸਾਰਾ ਸਾਰਾ ਦਿਨ ਸਾਡੇ ਬਜ਼ੁਰਗਾਂ ਨੇ ਕੰਮ ਕਰਦਿਆਂ ਰਹਿਣਾ, ਔਰ ਪੋਹ ਮਾਘ ਦੇ ਦਿਨਾਂ ਵਿੱਚ ਸਾਧ ਸੰਗਤ ਜੀ ਇੰਨੀ ਠੰਡ ਪਿਆ ਕਰਦੀ, ਉਦੋਂ ਅੱਜ ਵਰਗੇ ਸਾਧਨ ਨਹੀਂ ਸਨ। ਪਾਣੀ ਨਗਰ ਤੋਂ ਬਾਹਰ ਬਾਹਰ ਜਿਹਨੂੰ ਆਪਾਂ ਛੱਪੜ ਕਹਿ ਦਿੰਦੇ ਹਾਂ, ਇਹਨਾਂ ਤਲਾਵਾਂ ਵਿੱਚ ਹੀ ਪਾਣੀ ਪੀਣ ਵਾਸਤੇ, ਵਰਤੋਂ ਵਾਸਤੇ ਲੋਕ ਜਮ੍ਹਾਂ ਰੱਖਿਆ ਕਰਦੇ ਸਨ, ਜਾਂ ਖੂਹਾਂ ਆਦਿਕਾਂ ਤੋਂ ਪਾਣੀ ਦੀ ਥੋੜ੍ਹੀ ਬਹੁਤੀ ਵਰਤੋਂ ਹੁੰਦੀ ਸੀ, ਔਰ ਉਸ ਪਾਣੀ ਦੇ ਉੱਤੇ ਸਾਧ ਸੰਗਤ ਜੀ ਕੋਰਾ ਜੰਮ ਜਾਣਾ, ਛੋਟੀ ਪਰਤ ਬਰਫ਼ ਦੀ ਜੰਮ ਜਾਣੀ, ਉਸ ਨੂੰ ਤੋੜ ਕੇ ਠੰਡੇ ਠਾਰ ਜਲ ਨਾਲ ਸਾਡੇ ਬਜ਼ੁਰਗ ਇਸ਼ਨਾਨ ਕਰਕੇ ਬਾਣੀ ਪੜ੍ਹਨ ਲੱਗ ਜਾਇਆ ਕਰਦੇ ਸਨ, ਭਾਵ ਸਰੀਰ ਨਿਰੋਗ ਅਤੇ ਨਰੋਏ ਤਾਕਤਵਰ ਸਨ। ਪਰ ਅੱਜ ਸਰੀਰਾਂ ਵਿੱਚ ਉਹ ਤਾਕਤ, ਉਹ ਸਮਰੱਥਾ, ਉਹ ਬਲ ਨਹੀਂ ਰਿਹਾ। ਤਪੱਸਿਆ ਉਹ ਵਿਅਕਤੀ ਕਰ ਸਕਦਾ ਜਿਹਦਾ ਸਰੀਰ ਨਿਰੋਗ ਵੀ ਹੋਵੇ ਔਰ ਬਲਵਾਨ ਵੀ ਹੋਵੇ, ਮਨ ਵੀ ਸ਼ਾਂਤ ਹੋਵੇ, ਮਨ ਭਟਕਦਾ ਨਾ ਹੋਵੇ। ਤਪੱਸਿਆ ਉਹੀ ਮਨੁੱਖ ਕਰ ਸਕਦਾ। ਸਾਧ ਸੰਗਤ ਜੀ ਸਰੀਰਾਂ ਵਿੱਚ ਬਲ ਵੀ ਨਹੀਂ ਰਹੇ, ਨਿਰੋਗਤਾ ਨਹੀਂ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕੋਈ ਨਾ ਕੋਈ ਬੰਦਾ ਦਵਾਈ ਖਾਂਦਾ ਹੀ ਖਾਂਦਾ ਹੈ, ਭਾਵੇਂ ਬਾਲਕ ਹੈ, ਭਾਵੇਂ ਨੌਜਵਾਨ ਹੈ, ਭਾਵੇਂ ਬਜ਼ੁਰਗ ਹੈ, ਵਿਰਲੇ ਹੈ ਜਿਨ੍ਹਾਂ ਉੱਤੇ ਗੁਰੂ ਦੀ, ਪਰਮੇਸ਼ਰ ਦੀ ਅਪਾਰ ਕਿਰਪਾ ਹੋਏ, ਇਹਨਾਂ ਚੀਜ਼ਾਂ ਤੋਂ ਬਚੇ ਹੋਣ। ਸੋ ਸਾਧ ਸੰਗਤ ਜੀ ਇਸ ਕਾਰਨ, ਇੱਕ ਤਾਂ ਸਰੀਰਾਂ ਵਿੱਚ ਬਲ ਨਹੀਂ, ਦੂਜੇ ਮਨਾਂ ਵਿੱਚ ਵੀ ਟੁਕਾ ਨਹੀਂ, ਬਿਰਤੀਆਂ ਇੰਨੀਆਂ ਚੰਚਲ ਹੋ ਗਈਆਂ, ਜਦੋਂ ਆਲੇ ਦੁਆਲੇ ਦਾ ਅਸੀਂ ਪਸਾਰਾ ਵੇਖਦੇ ਹਾਂ ਨਿਗਾਹ ਮਾਰ ਕੇ। ਅੱਜ ਇੰਟਰਨੈੱਟ ਨੇ ਇੰਨੀ ਤਰੱਕੀ ਕਰ ਲਈ ਹੈ, ਜਿਸ ਨੂੰ ਵੇਖ ਵੇਖ ਕੇ ਨੌਜਵਾਨਾਂ ਦੇ ਮਨ ਇੰਨੇ ਚੰਚਲ ਹੋ ਗਏ। ਲੈਣਾ ਸੇਵਾ ਨਹੀਂ ਹੁੰਦੀ। ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ 72 ਵਰ੍ਹੇ ਦੀ ਉਮਰ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਗਏ। 12 ਸਾਲ 84 ਸਾਲ ਤੱਕ ਦੀ ਉਮਰ ਦੇ ਸਮੇਂ ਵਿੱਚ
ਸੰਗਤ ਦੀ ਜਲ ਦੀ ਗਾਗਰ ਢੋਣੀ, ਲੰਗਰ ਵਿੱਚ ਜਲ ਢੋਣਾ, ਸਾਰਾ ਸਾਰਾ ਦਿਨ ਸੇਵਾ ਵਿੱਚ ਲੱਗੇ ਰਹਿਣਾ, ਇਹ ਮਹਾਨ ਕਠਿਨ ਤਪ ਤੀਸਰੇ ਪਾਤਸ਼ਾਹ ਜੀ ਨੇ ਕਰਕੇ ਵਿਖਾਇਆ। ਗੁਰ ਸੇਵਾ ਤਪਾਂ ਸਿਰ ਤਪਸਾਰ। ਸਿੱਖਾਂ ਨੇ ਤਾਂ ਬੇਨਤੀ ਕੀਤੀ, ਮਹਾਰਾਜ ਕੋਈ ਤਪ ਵੀ ਨਹੀਂ ਕਰ ਸਕਦਾ ਅਤੇ ਦਾਨ ਵੀ ਨਹੀਂ ਕੋਈ ਕਰ ਸਕਦਾ, ਦਾਨ ਕਰਨਾ ਬੜਾ ਔਖਾ, ਮਸਾਂ ਮਸਾਂ ਗੁਜ਼ਾਰੇ ਚੱਲਦੇ ਆ ਸਾਧ ਸੰਗਤ ਜੀ, ਪ੍ਰਸ਼ਾਦਾ ਪਾਣੀ ਦੋ ਵਗ ਦਾ ਕਿਸੇ ਦਾ ਸੁੱਖ ਚੈਨ ਦਾ ਚੱਲਦਾ ਹੋਵੇ ਉਹ ਵੀ ਭਾਗਾਂ ਵਾਲਾ ਮੰਨਿਆ ਜਾਂਦਾ ਅੱਜ ਦੇ ਸਮੇਂ ਵਿੱਚ। ਕਿਉਂ? ਬੜੀ ਗਰੀਬੀ ਦੀ ਮਾਰ, ਮਹਿੰਗਾਈ ਦੀ ਮਾਰ, ਕਰਜ਼ਿਆਂ ਦੀ ਮਾਰ ਸਾਡੇ ਉੱਤੇ ਆਏ ਦਿਨ ਨਿੱਤ ਨਵੇਂ ਦਿਨ ਪੈਂਦੀ ਜਾ ਰਹੀ ਹੈ। ਕੋਈ ਐਸੀ ਵਸਤੂ ਨਹੀਂ ਰਹੀ ਜਿਸ ਉੱਤੇ ਸਮੇਂ ਦੀਆਂ ਸਰਕਾਰਾਂ ਨੇ ਵੱਡੇ ਵੱਡੇ ਟੈਕਸ ਨਾ ਲਾਏ ਹੋਣ, ਇਸ ਕਰਕੇ ਦਾਨ ਕਿੱਥੋਂ ਹੋਣਾ। ਸਰਦਾ ਬਣਦਾ ਦਾਨ ਵੀ ਬੜੀ ਮੁਸ਼ਕਲ ਨਾਲ ਹੀ ਹੁੰਦਾ। ਜਿਹੜੇ ਤੁਸੀਂ ਜੋੜ ਮੇਲਿਆਂ 'ਤੇ ਲੰਗਰ ਲਾਉਂਦੇ ਹੋ, ਇਹੀ ਤੁਹਾਡਾ ਦਾਨ, ਬਹੁਤ ਵੱਡੀ ਤੁਹਾਡੀ ਸੇਵਾ ਹੈ। ਗੁਰੂ ਘਰਾਂ ਵਿੱਚ ਆਪਣੀ ਕਿਰਤ ਨੂੰ ਸਫਲੀ ਕਰਕੇ ਸੇਵਾ ਕਰਦੇ ਹੋ, ਇਹੀ ਬਹੁਤ ਵੱਡੀ ਤੁਹਾਡੀ ਕਮਾਈ ਹੈ ਭਾਈ। ਇਸ ਕਰਕੇ ਦਾਨ ਵੀ ਨਹੀਂ ਹੋ ਸਕਦਾ, ਦਾਨ ਕਰਨਾ ਬੜਾ ਕਠਿਨ ਹੈ। ਜਪ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ, ਇਹ ਵੀ ਬੜੀ ਔਖੀ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਰੀਏ ਤਾਂ ਕੀ ਕਰੀਏ। ਸਤਿਗੁਰੂ ਜੀ ਨੇ ਫਿਰ ਉੱਥੇ ਦੱਸਿਆ ਸੀ, ਕਹਿੰਦੇ ਤਿੰਨ ਤਰ੍ਹਾਂ ਦਾ ਤਪ ਹੈ। ਇੱਕ ਤਮੋ ਗੁਣੀ ਤਪ ਹੈ, ਇੱਕ ਰਜੋ ਗੁਣੀ ਤਪ ਹੈ, ਇੱਕ ਸਤੋ ਗੁਣੀ ਤਪ ਹੈ। ਤਮੋ ਗੁਣੀ ਤਪ ਹੈ ਸੰਗਤ ਜੀ, ਪੋਹ ਮਾਘ ਦੇ ਦਿਨਾਂ ਵਿੱਚ ਠੰਡੇ ਟਾਰ ਪਾਣੀ ਦੀਆਂ ਧਾਰਾਂ ਸਿਰ ਵਿੱਚ ਪਈ ਜਾਣੀਆਂ, ਸੌ ਸੌ ਘੜਾ ਪਾਣੀ ਦਾ ਸਾਰਾ ਦਿਨ 24 ਘੰਟਿਆਂ ਵਿੱਚ ਸਿਰ ਵਿੱਚ ਪੁਆਈ ਜਾਣਾ ਅਤੇ ਹਿੱਲਣਾ ਨਹੀਂ, ਅਡੋਲ ਬੈਠੇ ਰਹਿਣਾ। ਇੰਨਾ ਕਠਿਨ ਤਪ ਜਿਹੜਾ ਇਹ ਤਮੋ ਗੁਣੀ ਤਪ ਮੰਨਿਆ ਜਾਂਦਾ, ਔਰ ਕਿਸੇ ਨਾ ਕਿਸੇ ਸਿੱਧੀ ਵਾਸਤੇ, ਮੰਤਰ ਸਿੱਧੀ ਵਾਸਤੇ, ਸ਼ਕਤੀਆਂ ਹਾਸਲ ਕਰਨ ਵਾਸਤੇ ਲੋਕ ਕਠਿਨ ਤਪ ਕਰਦੇ, ਜਾਂ ਫਿਰ ਜੇਠ ਆੜ ਦੇ ਮਹੀਨਿਆਂ ਵਿੱਚ 5 ਧੂਣੀਆਂ ਅੱਗ ਦੀਆਂ ਬਾਲ ਲੈਣੀਆਂ, ਉਹਦੇ ਵਿਚਕਾਰ ਬੈਠ ਜਾਣਾ, ਸਰੀਰ ਨੂੰ ਸਾੜਨਾ ਧੂਣੀਆਂ ਦੇ ਸੇਕ ਨਾਲ, ਸਾਰਾ ਸਾਰਾ ਦਿਨ ਸੇਕ ਪਈ ਜਾਣਾ ਸਰੀਰ ਨੇ। ਸਾਧ ਸੰਗਤ ਜੀ ਬੜੀ ਤਪਸ਼ ਸਹਾਰਨੀ, ਜਾਂ ਪੁੱਠੇ ਲਮਕ ਕੇ, ਜਾਂ ਲੱਤ ਦੇ ਭਾਰ, ਜਾਂ ਅੰਗੂਠੇ ਦੇ ਭਾਰ ਖੜੋ ਕੇ। ਇੱਕ ਵਾਰੀ ਮੈਂ ਕਿਸੇ ਬੜੇ ਤਪਸਵੀ ਨੂੰ ਮਿਲਿਆ, ਇਲਾਹਾਬਾਦ ਦੀ ਗੱਲ ਹੈ, ਬਹੁਤ ਪੁਰਾਣੀ। ਉਹਨੇ ਇੱਕੋ ਬਾਂਹ ਉੱਤੇ ਕਰਕੇ ਰੱਖੀ ਹੋਈ, ਸਾਰੀ ਬਾਂਹ ਸੁੱਕੀ ਹੋਈ, ਬੜਾ ਤਪਸਵੀ। ਮੈਂ ਪੁੱਛਿਆ, ਮਹਾਤਮਾ ਜੀ ਇਹ ਇੰਨਾ ਕਠਿਨ ਸਰੀਰ ਨੂੰ ਦੁੱਖ ਕਿਉਂ ਦਿੱਤਾ? ਉਹ ਕਹਿਣ ਲੱਗੇ, 12 ਸਾਲ ਹੋ ਗਏ ਹੈ, ਮੈਂ ਮਨ ਵਿੱਚ ਕੋਈ ਫੁਰਨਾ ਕੋਈ ਇੱਛਾ ਕੀਤੀ ਹੈ, ਉਹ ਮੇਰੀ ਅਜੇ ਪੂਰੀ ਨਹੀਂ ਹੋਈ। ਜਿੱਦਣ ਪੂਰੀ ਹੋ ਗਈ ਉੱਦਣ ਮੈਂ ਆਪਣੀ ਬਾਂਹ ਥੱਲੇ ਕਰਾਂਗਾ। ਇੱਕ ਫੁਰਨੇ ਦੀ ਖਾਤਰ ਆਪਣੀ ਬਾਂਹੀ ਸੁਕਾ ਦਿੱਤੀ, ਕਿੰਨਾ ਸਰੀਰ ਨੂੰ ਦੁੱਖ ਦਿੱਤਾ। ਇਹ ਤਮੋ ਗੁਣੀ ਤਪ ਹਨ ਸੰਗਤ ਜੀ, ਇਸ ਨਾਲ ਦੁੱਖ ਬਹੁਤਾ ਮਿਲਦਾ ਹੈ, ਪ੍ਰਾਪਤੀ ਨਾ ਮਾਤਰੀ ਹੁੰਦੀ ਹੈ। ਸਰੀਰ ਨੂੰ ਖੇਦ ਬਹੁਤ, ਦੁੱਖ ਬਹੁਤ, ਕਸ਼ਟ ਬੜੇ ਝੱਲਣੇ ਪੈਂਦੇ ਹੈ, ਪਰ ਪ੍ਰਾਪਤੀ ਨਾ ਮਾਤਰ ਹੈ।
ਇਹ ਤਮੋ ਗੁਣੀ ਤਪ ਨਹੀਂ ਅਸੀਂ ਕਰ ਸਕਦੇ, ਬੜੇ ਕਠਿਨ ਹਨ। ਅਤੇ ਰਜੋ ਗੁਣੀ ਤਪ ਹੈ ਆਪਣੀਆਂ ਇੰਦਰੀਆਂ ਨੂੰ ਮਾੜੇ ਪਾਸਿਓਂ ਜਾਣ ਤੋਂ ਰੋਕ ਕੇ ਰੱਖਣਾ। ਪਰਤਰ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਮਤੇ ਜਾਣੈ ਆਪਸ ਕੋ ਮੰਦਾ। ਨੇਤਰਾਂ ਨਾਲ ਪਰਾਇਆ ਰੂਪ ਨਹੀਂ ਤੱਕਣਾ, ਵਿਰਾਗ ਵਿਕਾਰਾਂ ਦੀ ਦ੍ਰਿਸ਼ਟੀ ਵਾਲੀ ਸੋਚ ਮਨ ਵਿੱਚ ਲਿਆ ਕੇ। ਜੇ ਵਿਕਾਰ ਦੀ ਦ੍ਰਿਸ਼ਟੀ ਆਉਂਦੀ ਹੈ ਤਾਂ ਬੜਾ ਭਾਰੀ ਦੋਸ਼ ਹੈ, ਦਿਸ਼ਟ ਵਿਕਾਰੀ ਬੰਧਨ ਬੰਧ ਹੈ। ਹੋਂ ਤਿਸਕੇ ਬਲਜਾਈ, ਮਹਾਰਾਜ ਕਹਿੰਦੇ ਜਿਹੜਾ ਸਿੱਖ ਮਾਈ ਭਾਈ ਭਾਈ ਆਪਣੀ ਵਿਕਾਰਾਂ ਦੀ ਦ੍ਰਿਸ਼ਟੀ ਨੂੰ ਬੰਨ ਲੈਂਦਾ, ਰੋਕ ਲੈਂਦਾ ਨਾ, ਉਸ ਸਿੱਖ ਤੋਂ ਅਸੀਂ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਇਹ ਗੁਰਬਾਣੀ ਨੇ ਉਸ ਨੂੰ ਧੰਨਤਾ ਦੇ ਯੋਗ ਕਿਹਾ। ਇਉਂ ਪਾਈ ਪਰਤਰ ਰੂਪ ਨਾ ਪੇਖੈ ਨੇਤਰ। ਦੂਜਾ, ਸਾਧ ਕੀ ਟਹਿਲ ਸੰਤ ਸੰਗ ਹੇਤ, ਸਾਧੂ ਸੰਗਤ ਸਾਧ ਭਾਵ ਸ੍ਰੇਸ਼ਟ ਸਤਿਗੁਰਾਂ ਦੇ ਦਰ ਦੀ ਸੇਵਾ ਅਤੇ ਸੰਤਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ, ਸਤਸੰਗਤ ਦੀ ਸੇਵਾ ਵਿੱਚ ਲੱਗੇ ਰਹਿਣਾ, ਸਰੀਰ ਨੂੰ ਲਾ ਕੇ ਰਹਿਣਾ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਨੀ ਭੁੱਲ ਕਰਕੇ ਵੀ, ਔਰ ਜੇ ਕੋਈ ਨਿੰਦਿਆ ਕਰੇ ਤਾਂ ਇਹ ਸਮਝਣਾ ਸਮਤੇ ਜਾਣੈ ਆਪਸ ਕੋ ਮੰਦਾ, ਆਪਣੇ ਆਪ ਨੂੰ ਸਭ ਤੋਂ ਮਾੜਾ ਸਭ ਤੋਂ ਨੀਵਾਂ ਸਮਝਣਾ। ਇਉਂ ਆਪਣੇ ਜਿਹੜੀਆਂ ਇੰਦਰੀਆਂ ਹਨ ਇਹਨਾਂ ਨੂੰ ਸਾਧ ਸੰਗਤ ਜੀ ਗਲਤ ਪਾਸੇ ਜਾਣ ਤੋਂ ਰੋਕ ਕੇ ਰੱਖਣਾ। ਹੱਥਾਂ ਨਾਲ ਚੋਰੀ ਯਾਰੀ ਨਹੀਂ ਕਰਨੀ, ਪੈਰਾਂ ਨਾਲ ਕੁਸੰਗਤ ਵਿੱਚ ਨਹੀਂ ਜਾਣਾ। ਇਹ ਰਜੋ ਗੁਣੀ ਤਪ ਹੈ। ਇਹ ਤਪ ਦੀ ਖੇਚਲਾ ਘੱਟ ਹੈ ਪਰ ਫਲ ਬਹੁਤ ਹੈ ਇਸਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀ ਨੇ ਬੜਾ ਸੋਹਣਾ ਨਾਲ ਪ੍ਰਮਾਣ ਦਿੱਤਾ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿ ਭਾਈ ਇੱਕ ਬੰਦਾ ਸਾਰਾ ਦਿਨ ਸਬਜ਼ੀ ਵੇਚਦਾ ਔਰ ਸਾਰਾ ਦਿਨ ਵਿਚਾਰਾ ਖਪਦਾ ਹੀ ਰਹਿੰਦਾ ਖਪਦਾ ਹੀ ਰਹਿੰਦਾ, ਪਰ ਸ਼ਾਮ ਨੂੰ ਉਸ ਨੂੰ ਨਫ਼ਾ ਬੜਾ ਘੱਟ ਹੁੰਦਾ, ਸਿਰ ਦਾ ਜ਼ੋਰ ਵੀ ਲੱਗਦਾ, ਉੱਚੀ ਉੱਚੀ ਬੋਲਦਾ, ਦੋ ਦੋ ਚਾਰ ਚਾਰ ਪੈਸੇ, ਰੁਪਈਏ, ਦੋ ਰੁਪਈਏ, ਅੱਧ ਰੁਪਈਏ, ਦੁਆਨੀ ਚੁਆਨੀਆਂ ਹੁੰਦੀਆਂ ਸਨ, ਅਠਾਨੀਆਂ ਹੁੰਦੀਆਂ ਸਨ, ਮਸਾਂ ਹੀ ਬੰਦਾ ਥੋੜ੍ਹੇ ਜਿਹੇ ਪੈਸੇ ਲੈ ਕੇ ਆਉਂਦਾ ਸੀ, ਪਰ ਮਸ਼ੱਕਤ ਬਹੁਤ ਕਰਨੀ ਪੈਂਦੀ ਸੀ। ਦੂਜੇ ਨੰਬਰ 'ਤੇ ਲੋਕ ਕਰਿਆਨੇ ਦੀ ਦੁਕਾਨ ਵਿੱਚ ਵਸਤੂਆਂ ਰੱਖ ਕੇ ਵੇਚਦੇ ਸਨ, ਪਰ ਸਬਜ਼ੀਆਂ ਵੇਚਣ ਵਾਲੇ ਨਾਲੋਂ ਬਹੁਤ ਸੌਖਾ, ਕੀਮਤੀ ਵਸਤੂਆਂ ਵੀ ਵੇਚਦਾ, ਨਫ਼ਾ ਵੀ ਕਈ ਗੁਣਾ ਉਸ ਨਾਲੋਂ ਜ਼ਿਆਦਾ, ਅਤੇ ਸੁਖੀ ਵੀ ਰਹਿੰਦਾ, ਉੱਚੀ ਉੱਚੀ ਨਹੀਂ ਬੋਲ ਕੇ ਸਿਰ ਅਤੇ ਪੁੜਪੜੀਆਂ ਨੂੰ ਥਕਾ ਦੇਣਾ, ਉੱਲਾਂ ਪੈਣ ਲੱਗ ਜਾਣੀਆਂ। ਪੁਰਾਣੇ ਸਮਿਆਂ ਵਿੱਚ ਇਹਨਾਂ ਪੁੜਪੜੀਆਂ ਵਿੱਚ ਉੱਲਾਂ ਕਹਿੰਦੇ ਸਨ, ਪੁਰਾਣਿਆਂ ਨੂੰ ਪਤਾ, ਬਜ਼ੁਰਗਾਂ ਨੂੰ, ਪਾਪ ਪੁੜੀਆਂ ਪੁੜਪੜੀਆਂ ਵਿੱਚੋਂ ਐਸੀ ਚੀਜ਼ ਉੱਠਣੀ, ਬਰਦਾਸ਼ਤ ਤੋਂ ਬਾਹਰ ਹੋ ਜਾਣਾ, ਉਹ ਇੱਕ ਕਿਸਮ ਦਾ ਰੇਸ਼ਾ ਨਾੜੀਆਂ ਵਿੱਚ ਆ ਕੇ ਰੁਕ ਜਾਂਦਾ ਸੀ, ਉਹ ਖਾਰਜ ਨਹੀਂ ਹੋਇਆ ਕਰਦਾ। ਫਿਰ ਵੈਦ ਲੋਕ ਦਵਾਈ ਕੋਈ ਔਸ਼ਧੀ ਇੱਥੇ ਪੁੜਪੜੀਆਂ 'ਤੇ ਲਾਉਂਦੇ, ਫਿਰ ਕਿਤੇ ਜਾ ਕੇ ਥੋੜ੍ਹਾ ਬਹੁਤਾ ਸਮਾਂ ਆਰਾਮ ਮਿਲਦਾ, ਕਈਆਂ ਦੀ ਨਿਗਾਹ ਵੀ ਚਲੀ ਜਾਂਦੀ ਸੀ। ਸੋ ਜਿਹੜਾ ਸਾਧ ਸੰਗਤ ਜੀ ਕਰਿਆਨੇ ਵਾਲਾ ਹੈ,
ਉਹਦੀਆਂ ਪੁੜਪਣੀਆਂ ਨਹੀਂ ਥੱਕਦੀਆਂ, ਉਹਦੀ ਜ਼ਬਾਨ ਨਹੀਂ ਥੱਕਦੀ, ਆਰਾਮ ਬਹੁਤਾ, ਨਫ਼ਾ ਵੀ ਜ਼ਿਆਦਾ ਹੈ। ਅਤੇ ਤੀਜਾ ਹੈ ਸਾਧ ਸਿੰਘ ਜੀ, ਹੀਰਿਆਂ ਦਾ ਵਪਾਰੀ, ਹੀਰੇ ਜਵਾਹਰਾਤ ਆਉਂਦੇ ਆ ਉਸ ਪਾਸ, ਤਕੀਏ ਲੱਗੇ ਹੋਏ ਆ, ਦੁੱਧ ਚਿੱਟੀਆਂ ਚਾਦਰਾਂ ਵਿਛੀਆਂ, ਨੌਕਰ ਪੱਖੇ ਚੱਲਦੇ ਆ, ਗਰਮੀ ਵਿੱਚ ਸ਼ਰਬਤ ਲਿਆ ਕੇ ਦਿੰਦੇ ਆ, ਠੰਡ ਵਿੱਚ ਪਿੰਨੀਆਂ ਪੰਜੀਰੀਆਂ ਲਿਆ ਲਿਆ ਕੇ ਨੌਕਰ ਖਵਾਉਂਦੇ ਆ, ਅਤੇ ਕੋਈ ਇੱਕ ਅੱਧਾ ਗਾਹਕ ਆਉਂਦਾ ਹੀਰਿਆਂ ਦਾ ਵਪਾਰ ਕਰਨ ਵਾਸਤੇ, ਅਤੇ ਉਹ ਜਿਹੜੇ ਲੋਕ ਸਾਧ ਸੰਗਤ ਜੀ ਪਾਰਖੂ ਜੌਹਰੀ ਹੁੰਦੇ ਸਨ, ਉਹ ਸਾਰੀ ਜ਼ਿੰਦਗੀ ਦੀ ਇੱਕ ਗਾਹਕ ਕੋਲੋਂ ਹੀ ਕਮਾਈ ਕਰ ਲੈਂਦੇ ਸਨ, ਅਤੇ ਦੌਲਤ ਉਹਨਾਂ ਕੋਲ ਸਭ ਤੋਂ ਜ਼ਿਆਦਾ ਹੁੰਦੀ ਸੀ। ਸਤਿਗੁਰੂ ਜੀ ਨੇ ਇਸੇ ਤਰ੍ਹਾਂ ਪ੍ਰਮਾਣ ਦੇ ਕੇ ਸਮਝਾਇਆ, ਜਿਹੜਾ ਤਮੋ ਗੁਣੀ ਤਪ ਹੈ ਨਾ, ਪੁੱਠੇ ਲਮਕਣੇ, ਜਲ ਧਾਰਾ ਕਰਨਾ, ਅੱਗ ਵਿੱਚ ਬੈਠਣਾ, ਧੂਣੀਆਂ ਤਪਾਉਣੀਆਂ, ਇਹ ਤਾਂ ਭਾਈ ਸਬਜ਼ੀਆਂ ਵੇਚਣ ਵਾਲੇ ਵਰਗੀ ਹਾਲਤ ਹੈ, ਲਾਭ ਘੱਟ ਹੈ, ਦੁੱਖ ਬਹੁਤਾ। ਅਤੇ ਜਿਹੜਾ ਇੰਦਰੀਆਂ ਨੂੰ ਮਾੜੇ ਪਾਸੇ ਜਾਣ ਤੋਂ ਰੋਕ ਕੇ ਰੱਖਣਾ, ਆਪਣੀਆਂ ਗਿਆਨ ਕਰਮ ਇੰਦਰੀਆਂ ਜਿਹੜੀਆਂ ਹਨ, ਇਸ ਦੀ ਖੇਚਲਾ ਉੱਤੋਂ ਬਹੁਤ ਘੱਟ ਹੈ, ਪਰ ਲਾਭ ਜ਼ਿਆਦਾ ਹੈ। ਕਿਉਂ? ਮਨ ਸ਼ਾਂਤ ਹੁੰਦਾ। ਤਪੀਏ ਬੰਦੇ ਦਾ ਮਨ ਬਹੁਤ ਘੱਟ ਸ਼ਾਂਤ ਹੁੰਦਾ, ਉਹ ਵਿਰਲੇ ਹੁੰਦੇ ਹੈ ਜਿਨ੍ਹਾਂ ਦੇ ਅੰਦਰ ਸਹਿਜ ਆ ਜਾਏ, ਨਹੀਂ ਤਾਂ ਤਪੀਸ਼ਵਰ ਜਿਹੜੇ ਹੁੰਦੇ ਆ ਉਹਨਾਂ ਅੰਦਰ ਤਮੋ ਗੁਣ ਦਾ ਤੇਜ ਹੋਇਆ ਕਰਦਾ। ਇਸ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਤਪੀਸ਼ਵਰ ਲੋਕ ਇੱਕ ਮਿੰਟ ਦੇ ਵਿੱਚ ਹੀ ਭਟਕ ਜਾਇਆ ਕਰਦੇ ਸਨ, ਕ੍ਰੋਧ ਦੀ ਅੱਗ ਉਹਨਾਂ ਦੀ ਇੱਕਦਮ ਹੀ ਚਮਕ ਪੈਂਦੀ ਸੀ। ਇਸ ਕਰਕੇ ਉਹਨਾਂ ਦੇ ਮਨ ਨੂੰ ਥੋੜ੍ਹਾ ਸਹਿਜ ਨਹੀਂ ਹੋਇਆ ਕਰਦਾ ਸੀ। ਔਰ ਤੀਜਾ ਸਾਧ ਸਿੰਘ ਜੀ ਮਹਾਰਾਜ ਕਹਿੰਦੇ ਸਤੋ ਗੁਣੀ ਤਪ ਹੈ ਗੁਰਸਿੱਖੋ, ਉਹ ਕਿਹੜਾ ਜਿੱਥੇ ਆਪਾਂ ਆ ਕੇ ਬੈਠੇ ਹਾਂ, ਇਹ ਸਤੋ ਗੁਣੀ ਤਪ ਹੈ। ਸੰਗਤ ਵਿੱਚ ਆਉਣਾ, ਗੁਰੂ ਸਾਹਿਬ ਨੂੰ ਨਮਸਕਾਰ ਕਰਨੀ, ਕੀਰਤਨ ਕਥਾ ਸੁਣਨਾ, ਬਾਣੀ ਸੁਣਨੀ, ਇਹ ਸਤੋ ਗੁਣੀ ਤਪ ਹੈ। ਇਸ ਦਾ ਲਾਭ ਬਹੁਤ ਵੱਡਾ ਹੈ ਅਤੇ ਖੇਚਲਾ ਕੋਈ ਵੀ ਨਹੀਂ। ਕਿੰਨੀ ਕੁ ਖੇਚਲਾ, ਕੋਈ ਦੁੱਖ ਤਕਲੀਫ ਨਹੀਂ, ਬੜੇ ਆਰਾਮ ਨਾਲ, ਬੜੀ ਸ਼ਾਂਤੀ ਨਾਲ ਬੈਠ ਕੇ ਆਪਾਂ ਆਪਣੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਕਾ ਜਸ, ਹਰੀ ਜਸ ਸੁਣ ਰਹੇ ਹਾਂ। ਪਰ ਇਹਦਾ ਲਾਭ ਕਿੰਨਾ ਵੱਡਾ ਹੈ। ਸਤਿਗੁਰੂ ਜੀ ਕਹਿੰਦੇ ਆ, ਅਬਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਮਿਲਿਆ ਕਰ, ਉੱਥੇ ਬੈਠ ਕੇ ਭਜਨ ਕਰਿਆ ਕਰ, ਸੁਣਿਆ ਕਰ, ਕੀਰਤਨ ਕਰਨਾ ਸੁਣਨਾ, ਭਜਨ ਕਥਾ ਕਰਨੀ ਸੁਣਨੀ, ਭਜਨ ਬਾਣੀ ਪੜ੍ਹਨੀ ਸੁਣਨੀ, ਇਹ ਸਾਰਾ ਹੀ ਭਜਨ ਹੈ। ਇਸ ਕਰਕੇ ਤਾਂ ਹੀ ਧੰਨ ਗੁਰੂ ਅਰਜਨ ਦੇਵ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ, ਸੱਚੇ ਪਾਤਸ਼ਾਹ ਫਰਮਾਨ ਕਰਦੇ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਪੂਰਬਲੇ ਕਰਮ ਜਦੋਂ ਜਾਗਦੇ ਹੈ ਨਾ, ਉਦੋਂ ਬੰਦਾ ਸੰਗਤ ਵਿੱਚ ਆਉਂਦਾ। ਰਾਜਾ ਜਨਕ ਹੋਇਆ ਤ੍ਰੇਤੇ ਯੁੱਗ ਵਿੱਚ, ਸਾਧ ਸੰਗਤ ਜੀ ਇੱਕ ਤਪਸਵੀ ਨੂੰ ਰੋਜ਼ ਦੇਖਿਆ ਕਰੇ, ਕਦੇ ਤਾਂ ਉਹ ਧੂਣੀਆਂ ਤਪਾ ਕੇ ਬਹਿ ਜਿਆ ਕਰੇ, ਕਦੇ ਜਲ ਧਾਰਾ ਕਰਨ ਲੱਗ ਜਾਵੇ, ਕਦੇ ਪੁੱਠਾ ਲਮਕ ਜਿਆ ਕਰੇ, ਰਾਜਾ ਜਨਕ ਜੀ ਕੋਲ ਦੀ ਲੰਘਿਆ ਕਰਨ। ਉਹਨਾਂ ਨੇ ਕਹਿਣਾ, ਭਲਿਆ ਪੁਰਸ਼ਾ, ਹੇ ਤਪਸਵੀ ਸਾਧੂ, ਸਤਸੰਗਤ ਜਾ ਕੇ ਕਰਿਆ ਕਰ।
ਉਹਨੇ ਕੋਈ ਜਵਾਬ ਨਹੀਂ ਦੇਣਾ, ਅਣਸੁਣੀ ਗੱਲ ਕਰਦੇ ਨੇ। ਰਾਜਾ ਜਨਕ ਜੀ ਨੇ ਜਦੋਂ ਕੋਲ ਦੀ ਜਾਣਾ, ਉਹ ਵੀ ਸੰਗਤ ਵਿੱਚ ਜਾਇਆ ਕਰਦੇ ਸਨ, ਰਾਜ ਵੀ ਕਰਦੇ ਸਨ, ਬ੍ਰਹਮ ਗਿਆਨ ਦੀ ਵੀ ਕਮਾਈ ਉਹਨਾਂ ਨੇ ਨਾਲ ਨਾਲ ਕੀਤੀ। ਤਾਂ ਹੀ ਤੂੰ ਤਾਂ ਜਨਕ ਰਾਜਾ ਅਵਤਾਰ, ਜਿਹਨੇ ਰਾਜ ਜੋ ਕਮਾਇਆ ਨਾ ਉਹ ਰਾਜਾ ਜਨਕ ਹੋਇਆ। ਇਸ ਧਰਤੀ ਦੇ ਉੱਤੇ ਐਸੇ ਵਿਰਲੇ ਰਾਜੇ ਹੋਏ ਹੈ ਜਿਨ੍ਹਾਂ ਨੇ ਸਾਧ ਸੰਗਤ ਦੀ ਰਾਜ ਵੀ ਕੀਤਾ ਅਤੇ ਪਰਮੇਸ਼ੁਰ ਨਾਲ ਵਾਹਿਗੁਰੂ ਨਾਲ ਵੀ ਜੁੜੇ ਰਹੇ। ਉਹਨਾਂ ਨੇ ਸੰਗਤ ਵਿੱਚ ਜਾਣਾ, ਜਾਂਦਿਆਂ ਜਾਂਦਿਆਂ ਉਹਨਾਂ ਨੂੰ ਤਰਸ ਆਉਣਾ, ਉਹਨਾਂ ਨੇ ਕਹਿਣਾ ਹੇ ਤਪੱਸਵੀ ਜੀ ਆਓ ਸਾਡੇ ਨਾਲ ਚੱਲੋ, ਸਤ ਸੰਗਤ ਕਰੋ, ਤੁਹਾਨੂੰ ਵੱਡੀ ਕਿਰਪਾ ਮਹਾਰਾਜ ਦੀ ਪਰਮੇਸ਼ੁਰ ਦੀ ਪ੍ਰਾਪਤ ਹੋਏਗੀ। ਉਹਨੇ ਸਮਾਂ ਕ੍ਰੋਧਿਤ ਹੋ ਜਾਣਾ ਕਿ ਰਾਜਾ ਇਹਨੂੰ ਕੀ ਸਮਝ, ਇੰਨਾ ਕਠਿਨ ਮੈਂ ਤਪ ਕਰਨੇ ਆ, ਸਤਸੰਗਤ ਕਰਨੀ ਤਾਂ ਵਿਹਲਿਆਂ ਲੋਕਾਂ ਦਾ ਕੰਮ ਹੈ, ਰਾਜੇ ਲੋਕ ਕਰਦੇ ਰਹਿੰਦੇ ਆ, ਮੈਂ ਸਤਸੰਗਤ ਦੇ ਵਿੱਚੋਂ ਮੈਨੂੰ ਕੀ ਮਿਲਣ ਵਾਲਾ। ਉਹਨਾਂ ਨੇ ਆਉਂਦਿਆਂ ਜਾਂਦਿਆਂ ਕਰਦਿਆਂ ਹੀ ਰਹਿਣਾ, ਕਈ ਜਾਣਾ ਪਰ ਸੁਣਨਾ ਹੀ ਨਾ। ਆਖਿਰਕਾਰ ਇੱਕ ਦਿਨ ਉਹ ਸਾਧੂ ਜਲ ਧਾਰਾ ਕਰਦਾ ਸੀ ਸਤ ਸੰਗਤ ਜੀ। ਉਸ ਵਕਤ ਰਾਜਾ ਜਨਕ ਜੀ ਕਹਿਣ ਲੱਗੇ, ਭਲੇ ਪੁਰਸ਼ ਜੀ, ਤਪੱਸਵੀ ਜੀ, ਚਲੋ ਤੁਹਾਨੂੰ ਸੰਗਤ ਵਿੱਚ ਲੈ ਕੇ ਚੱਲੀਏ, ਤੁਹਾਡਾ ਭਲਾ ਹੋ ਜਾਏ। ਕਹਿਣ ਲੱਗਾ ਗਾਂ ਜਾ ਉਹ ਰਾਜਿਆ, ਤੇਰੇ ਵਰਗੇ ਵੀ ਤੁਰੇ ਫਿਰਦੇ ਹੈ, ਮੇਰੇ ਨਾਲੋਂ ਵੱਡੀ ਤਪੱਸਿਆ ਕਿਹਦੀ ਹੋ ਸਕਦੀ ਹੈ, ਸੰਗਤ ਵਿੱਚ ਜਾਣ ਨਾਲ ਕੀ ਮਿਲੇਗਾ, ਮੈਂ ਸਭ ਤੋਂ ਵੱਡਾ ਤਪ ਕਰ ਰਿਹਾ, ਇਸ ਕਰਕੇ ਇਹੋ ਜਿਹਾ ਉਪਦੇਸ਼ ਮੈਨੂੰ ਨਾ ਦੇ। ਰਾਜਾ ਜਨਕ ਜੀ ਚੁੱਪ ਕਰ ਗਏ, ਹੋਰ ਬੁਰਾ ਭਲਾ ਬੋਲਿਆ, ਕਹਿਣ ਲੱਗੇ ਜਾ ਫਿਰ, ਜੇ ਤੈਨੂੰ ਇੰਨਾ ਹੀ ਪਾਣੀ ਨਾਲ ਮੋਹ ਹੈ ਨਾ, ਤੂੰ ਕਹਿੰਦਾ ਮੇਰੇ ਵਰਗਾ ਤਪੱਸਵੀ ਨਹੀਂ, ਜਾ ਜਲ ਦਾ ਜਾ ਕੇ ਪਾਣੀ ਦਾ ਮਗਰਮੱਛ ਬਣ, ਪਾਣੀ ਵਿੱਚ ਹੀ ਰਹੀਂ ਕਹਿੰਦੇ ਸਾਰੀ ਜ਼ਿੰਦਗੀ, ਤੈਨੂੰ ਲੋੜ ਹੀ ਨਹੀਂ ਬਾਹਰ ਆਉਣ ਦੀ। ਉੱਠ ਕੇ ਖੜ੍ਹਾ ਹੋ ਗਿਆ, ਆਤਮਾ ਕੰਬ ਗਈ, ਕਹਿਣ ਲੱਗਾ ਵੀ ਇਹਦੇ ਮੂੰਹੋਂ ਬਚਨ ਨਿਕਲਿਆ ਪੂਰਾ ਹੋਏਗਾ। ਕਹਿਣ ਲੱਗਾ ਹੇ ਰਾਜਾ ਜਨਕ, ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋ ਬੰਦੇ, ਮੈਂ ਤੁਹਾਡੇ ਨਾਲ ਵਾਦ ਵਿਵਾਦ ਕੀਤਾ, ਤੁਹਾਡਾ ਬਚਨ ਨਹੀਂ ਮੰਨਿਆ, ਮੇਰੇ ਮਨ ਨੂੰ ਸ਼ਾਂਤੀ ਨਹੀਂ, ਪਰ ਮੈਨੂੰ ਇਹ ਦੁੱਖ ਭੋਗਣਾ ਹੀ ਪਵੇਗਾ, ਅਗਲੇ ਜਨਮ ਵਿੱਚ ਮਗਰਮੱਛ ਬਣਨਾ ਹੀ ਪਵੇਗਾ, ਪਰ ਮੇਰਾ ਉਧਾਰ ਕਦੋਂ ਹੋਏਗਾ। ਰਾਜਾ ਜਨਕ ਕਹਿਣ ਲੱਗੇ ਤੇਰਾ ਉਧਾਰ ਸੰਗਤ ਤੋਂ ਬਿਨਾਂ ਨਹੀਂ ਹੋਣਾ। ਕਹਿੰਦਾ ਜੀ ਮੈਂ ਪਾਣੀ ਵਿੱਚ ਰਹਿਣ ਵਾਲਾ ਮੱਛ ਸੰਗਤ ਕਿਵੇਂ ਕਰਾਂਗਾ। ਕਹਿੰਦੇ ਮੈਂ ਦੱਸਦਾ ਕਿਵੇਂ ਸੰਗਤ ਹੋਏਗੀ। ਕਹਿੰਦੇ ਤ੍ਰੇਤਾ ਯੁੱਗ ਬੀਤ ਗਿਆ ਜਿਸ ਸਮੇਂ, ਕਹਿੰਦੇ ਹੁਣ ਤ੍ਰੇਤਾ ਯੁੱਗ ਚੱਲਦਾ, ਜਦੋਂ ਤ੍ਰੇਤਾ ਯੁੱਗ ਬੀਤ ਗਿਆ ਗੁਜ਼ਰ ਗਿਆ, ਫਿਰ ਦੁਆਪਰ ਆਏਗਾ, ਫਿਰ ਕਲਯੁੱਗ ਦਾ 5000 ਵਰ੍ਹਾ ਗੁਜ਼ਰੇਗਾ, ਫਿਰ ਕਲਯੁੱਗ ਵਿੱਚ ਪਰਮੇਸ਼ੁਰ ਦਾ ਸਰੂਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਉਣਗੇ, ਔਰ ਉਹ ਤੇਰੇ ਸਰੀਰ ਉੱਤੇ ਬੈਠ ਕੇ ਸਤਸੰਗਤ ਕਰਨਗੇ, ਕੀਰਤਨ ਦਾ ਪ੍ਰਵਾਹ, ਬ੍ਰਹਮ ਵਿਚਾਰ, ਕਥਾ ਭਗਤੀ ਦਾ ਪ੍ਰਵਾਹ ਚਲਾਉਣਗੇ, ਫਿਰ ਉਹ ਤੇਰਾ ਉਧਾਰ ਕਰਨਗੇ। ਸਾਧ ਸੰਗਤ ਜੀ ਉਹ ਕਹਿਣ ਲੱਗੇ ਤਾਂ ਤੈਨੂੰ ਗੁਰੂ ਨਾਨਕ ਸਾਹਿਬ ਦੀ ਸ਼ੋਹ ਮਿਲਣੀ ਹੈ ਕਿ ਤੂੰ ਜਿਹੜਾ ਥੋੜ੍ਹਾ ਬਹੁਤਾ ਤਪ ਕੀਤਾ ਉਸ ਕਰਕੇ ਤੇਰਾ ਥੋੜ੍ਹਾ ਜਿਹਾ ਭਲਾ ਹੋ ਜਾਏਗਾ, ਕਿਉਂ ਪਰਮੇਸ਼ੁਰ ਐਸਾ ਦਿਆਲੂ ਹੈ
ਪਤਤ ਪਾਵਨ ਹਰ ਬਿਰਦ ਸਦਾਇਕ ਤਿਲ ਨਹੀਂ ਭੰਨੈ ਘਾਲੇ। ਰੱਬ ਦੇ ਦਰ 'ਤੇ ਗੁਰੂ ਦੇ ਦਰ 'ਤੇ ਸਤਸੰਗਤ ਦੀ ਸੇਵਾ ਵਿੱਚ ਕੋਈ ਤਿਲ ਜਿੰਨੀ ਵੀ ਘਾਲਣਾ ਘਾਲ ਦੇਵੇ ਨਾ, ਤਿਲ ਜਿੰਨਾ ਹਿੱਸਾ ਪਾ ਦੇਵੇ ਕਿਸੇ ਵੀ ਰੂਪ ਵਿੱਚ, ਨੇਕ ਕਮਾਈ ਵਿੱਚੋਂ ਪਾ ਦੇਵੇ, ਸਰੀਰ ਕਰਕੇ ਪਾ ਦੇਵੇ, ਚਾਰ ਇੱਟਾਂ ਗੁਰੂ ਘਰ ਦੀਆਂ ਕੰਧਾਂ ਨੂੰ ਲਾ ਦੇਵੇ, ਚਾਰ ਇੱਟਾਂ ਢੋ ਦੇਵੇ, ਇਸੇ ਤਰ੍ਹਾਂ ਬਰਤਨ ਮਾਂਜ ਦੇਵੇ, ਸੇਵਾ ਕਰ ਦੇਵੇ, ਤਾਂ ਪਰਮੇਸ਼ੁਰ ਉਸ ਤਿਲ ਜਿੰਨੀ ਘਾਲਣਾ ਨੂੰ ਵੀ ਕਦੇ ਅਜਾਈ ਨਹੀਂ, ਨਿਸਫਲ ਨਹੀਂ ਜਾਣ ਦਿੰਦਾ, ਉਹਦਾ ਫਲ ਜ਼ਰੂਰ ਦਿੰਦਾ। ਉਹ ਫਲ ਪ੍ਰਦਾਤਾ ਹੈ, ਫਲ ਦਿੰਦਾ ਹੀ ਦਿੰਦਾ ਹਰ ਮਨੁੱਖ ਦੀ ਕਰਨੀ ਨੂੰ ਵੇਖ ਕੇ। ਐਸਾ ਦਿਆਲੂ, ਐਸਾ ਪਤਿਤ ਪਾਵਨ, ਐਸਾ ਕਿਰਪਾਲੂ ਮੇਰਾ ਵਾਹਿਗੁਰੂ ਹੈ। ਸੋ ਸਾਧ ਸੰਗਤ ਜੀ, ਹੁਣ ਉਹ ਤਪੱਸਵੀ ਪਾਣੀ ਦਾ ਮੱਛ ਬਣ ਜਾਂਦਾ ਹੈ, ਭਾਈ ਬਾਲਾ ਮਰਦਾਨਾ ਜੀ ਨਾਲ ਹਨ ਸਮੁੰਦਰ ਵਿੱਚ। ਸਤਿਗੁਰੂ ਮਹਾਰਾਜ ਜੀ ਜਦੋਂ ਤੁਰਨ ਲੱਗੇ ਟਾਪੂਆਂ ਦੇ ਵਿੱਚ ਉਧਾਰ ਕਰਨ ਵਾਸਤੇ, ਭਾਈ ਬਾਲੇ ਨੂੰ ਮਹਾਰਾਜ ਕਹਿੰਦੇ ਭਾਈ ਤੂੰ ਵੀ ਵਾਹਿਗੁਰੂ ਮੰਤਰ ਜਪ, ਅਤੇ ਮਰਦਾਨੇ ਨੂੰ ਵੀ ਕਹਿ ਤਾ ਵਾਹਿਗੁਰੂ ਵਾਹਿਗੁਰੂ ਕਰ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਮੁੰਦਰ ਉੱਤੇ ਤੁਰੇ ਜਾ ਰਹੇ ਹੈ। ਅੱਗੇ ਇੱਕ ਬੜੇ ਭਾਰੀ ਮੱਛ ਦਾ ਸਰੀਰ, ਜਦੋਂ ਉਹਦੇ ਉੱਤੇ ਤੁਰੇ ਸੱਚੇ ਪਾਤਸ਼ਾਹ, ਭਾਈ ਮਰਦਾਨਾ ਪੁੱਛਦਾ ਕਹਿੰਦੇ ਮਹਾਰਾਜ ਆਪਾਂ ਇਹ ਕਿਹੜਾ ਜੀਵ ਹੈ? ਕਹਿਣ ਲੱਗੇ ਚੱਲ ਇਹਦੇ ਸਿਰੇ 'ਤੇ ਜਾ ਕੇ ਤੈਨੂੰ ਵਿਖਾਵਾਂਗੇ। ਉਹਦੇ ਸਿਰ 'ਤੇ ਬੈਠ ਕੇ ਮਹਾਰਾਜ ਕਹਿੰਦੇ ਮਰਦਾਨਿਆਂ ਰਬਾਬ ਜਾ ਬਾਣੀ ਆਈ ਹੈ, ਸਤਿਗੁਰੂ ਨੇ ਕੀਰਤਨ ਕੀਤਾ, ਗੁਰਬਾਣੀ ਦੀ ਕਥਾ ਕੀਤੀ, ਔਰ ਜਦੋਂ ਕਥਾ ਹੋਈ ਸਤਸੰਗਤ ਦਾ ਪ੍ਰਵਾਹ ਪੂਰਾ ਹੋਇਆ, ਉਹ ਦੇਵ ਆਤਮਾ ਉਹ ਮੱਛ ਆਪਣਾ ਸਰੀਰ ਤਿਆਗ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ। ਭਾਈ ਮਰਦਾਨੇ ਬੜੇ ਸੂਝਵਾਨ ਕਰਨੀ ਵਾਲੇ ਮਹਾਂਪੁਰਖ ਗੁਰਸਿੱਖ ਸਨ। ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ, ਇਹ ਸੁੱਕੇ ਜੇ ਪਿੰਜਰੇ ਵਾਲਾ, ਵੱਡੀਆਂ ਵੱਡੀਆਂ ਜਟਾਵਾਂ ਵਾਲਾ, ਇਹ ਕੌਣ ਹੈ? ਇਹਦੇ ਆਲੇ ਦੁਆਲੇ ਬੜਾ ਪ੍ਰਕਾਸ਼ ਹੈ, ਇਹ ਕਿਹੋ ਜਿਹੀ ਦੇਹ ਆਈ ਹੈ? ਮਹਾਰਾਜ ਕਹਿੰਦੇ ਇਸੇ ਤੂੰ ਪੁੱਛ ਲੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਤਪੱਸਵੀ ਦੱਸ ਆਪਣੀ ਹਾਲਤ, ਭਾਈ ਮਰਦਾਨਾ ਪੁੱਛਣਾ ਚਾਹੁੰਦਾ ਏ ਸਾਨੂੰ ਕੋਈ ਨਾ ਕੋਈ ਗੱਲ, ਸਾਰਾ ਦਿਨ ਪੁੱਛਦਾ ਹੀ ਰਹਿੰਦਾ ਪੁੱਛਦਾ ਹੀ ਰਹਿੰਦਾ, ਅਤੇ ਇਹਨੂੰ ਦੱਸ ਦੇ ਇਹਦੀ ਤਸੱਲੀ ਹੋ ਜਾਏ। ਤਪੱਸਵੀ ਨੇ ਆਪਣੀ ਪਿਛਲੇ ਜਨਮ ਦੀ ਸਾਰੀ ਵਾਰਤਾ ਸੁਣਾਈ। ਪਰ ਭਾਈ ਮਰਦਾਨਾ ਕਹਿੰਦਾ ਵੀ ਹੁਣ ਤੂੰ ਕੀ ਲੈਣ ਆਇਆ? ਕਹਿੰਦਾ ਲੈਣਾ ਕੀ ਹੈ, ਅਕਾਲ ਪੁਰਖ ਪਰਮੇਸ਼ੁਰ ਗੁਰੂ ਨਾਨਕ ਸਾਹਿਬ ਦੇ ਚਰਨ ਪੈ ਗਏ ਮੇਰੀ ਦੇਹ ਉੱਤੇ, ਜਿਸ ਸਤ ਸੰਗਤ ਕਰਨ ਤੋਂ ਮੈਂ ਹਮੇਸ਼ਾ ਇਨਕਾਰ ਕੀਤਾ, ਸਤਸੰਗਤ ਦੀ ਗੱਲ ਕੰਨਾਂ ਵਿੱਚ ਵੀ ਨਹੀਂ ਸੁਣਦਾ ਸੀ, ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਚਰਨ ਪਾ ਕੇ ਇੱਥੇ ਮੇਰੀ ਦੇਹ ਉੱਤੇ ਸਤਸੰਗਤ ਦਾ ਪ੍ਰਵਾਹ ਚਲਾਇਆ, ਹੁਣ ਮੈਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਮੁਕਤ ਹੋ ਕੇ ਸੱਚਖੰਡ ਨੂੰ ਜਾ ਰਿਹਾ ਹਾਂ। ਆਖੋ ਭਾਈ ਵਾਹਿਗੁਰੂ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਕੀਤਾ। ਸੋ ਕਹਿਣ ਤੋਂ ਭਾਵ ਸੰਗਤ ਜੀ, ਇਹ ਸਤ ਸੰਗਤ ਸਭ ਤੋਂ ਵੱਡੀ ਦਾਤ ਸਤਿਗੁਰੂ ਗੁਰੂ ਨਾਨਕ ਸਾਹਿਬ, ਦਸਾਂ ਪਾਤਸ਼ਾਹੀਆਂ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਇਸ ਦੀ ਮਹਾਨਤਾ ਵਡਭਾਗੀ, ਹਰ ਸੰਗਤ ਪਾਵੈ ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ,
ਬਿਨ ਸੰਗਤ ਮੈਲ ਭਰੀਦੈ ਜੀਓ, ਇਹ ਸੰਗਤ ਦਾ ਖਜ਼ਾਨਾ ਆਪਾਂ ਨੂੰ ਬਖਸ਼ਿਆ। ਜੇ ਕੋਈ ਗੁਰਸਿੱਖ ਮਾਈ ਭਾਈ ਬਹੁਤਾ ਸਾਧਨ ਨਹੀਂ ਕਰ ਸਕਦਾ, ਸਤਸੰਗਤ ਦੇ ਵਿੱਚ ਜ਼ਰੂਰ ਆਇਆ ਕਰੋ। ਜੇਕਰ ਆਉਂਦਾ ਤਾਂ ਸਤਿਗੁਰੂ ਜੀ ਦੀਆਂ ਮਹਾਨ ਰਹਿਮਤਾਂ ਉਸ ਮਾਈ ਭਾਈ 'ਤੇ ਜ਼ਰੂਰ ਹੁੰਦੀਆਂ ਹਨ। ਇਹ ਸਤੋ ਗੁਣੀ ਤਪ ਹੈ ਸੰਗਤ ਜੀ ਕਲਯੁੱਗ ਦੇ ਵਿੱਚ, ਇਸ ਦਾ ਫਲ ਸਭ ਤੋਂ ਵੱਡਾ ਹੈ। ਐਸੀ ਸਤਸੰਗਤ ਦੀ ਦਾਤ ਸਾਨੂੰ ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਦਸਾਂ ਪਾਤਸ਼ਾਹੀਆਂ ਨੇ ਬਖਸ਼ਿਸ਼ ਕੀਤੀ ਹੈ, ਔਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਹਨ। ਮੇਰੇ ਪਾਤਸ਼ਾਹ ਆਪਣੇ ਸਤਿਗੁਰੂ ਦੀ ਹਜ਼ੂਰੀ ਵਿੱਚ ਸਿੱਖ ਆ ਕੇ ਬੈਠ ਜਾਏ ਨਾ ਤਾਂ ਸਿੱਖ ਦੇ ਜਨਮਾਂ ਜਨਮਾਂ ਦੇ ਪਾਪ ਮਿਟ ਜਾਂਦੇ ਹੈ। ਸੋ ਸਾਧ ਸੰਗਤ ਜੀ, ਐਸੀ ਮਹਾਨ ਕਿਰਪਾ ਸਾਨੂੰ ਪ੍ਰਾਪਤ ਹੋ ਰਹੀ ਹੈ। ਇਹ ਨਗਰ ਮੁੱਛਲ, ਜਿਸ ਨਗਰ ਵਿੱਚ ਮਹਾਂਪੁਰਖ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪ ਆਉਂਦੇ ਰਹੇ, ਕਥਾ ਦਾ ਪ੍ਰਵਾਹ ਚਲਾਉਂਦੇ ਰਹੇ, ਫਿਰ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਇਸ ਨਗਰ ਦੇ ਬੇਅੰਤ ਸਿੰਘਾਂ ਨੇ, ਪੁਰਾਣੇ ਸਿੰਘਾਂ ਨੇ, ਦਮਦਮੀ ਟਕਸਾਲ ਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜੋ ਸਥਾਨ ਬਣਿਆ, ਜਿਸ ਦੀ ਸਾਰੀ ਸੇਵਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਕਰਵਾਈ, ਇਸ ਨਗਰ ਦੀ ਸੰਗਤ ਨੇ ਉਹ ਸੇਵਾ ਆਪ ਹੱਥੀਂ ਜਾ ਕੇ ਕੀਤੀ ਹੈ। ਸੋ ਸਾਧ ਸੰਗਤ ਜੀ, ਸਾਰਾ ਨਗਰ ਲੰਮੇ ਸਮੇਂ ਤੋਂ ਜਥੇਬੰਦੀ ਨਾਲ ਜੁੜਿਆ ਹੋਇਆ ਨਗਰ ਹੈ, ਸਤਿਗੁਰੂ ਜੀ ਦੀ ਕਿਰਪਾ ਹੈ। ਔਰ ਆਓ ਆਪਾਂ 6 ਜੂਨ 1984 ਦਾ ਉਹ ਘੱਲੂਘਾਰਾ, ਜਦੋਂ ਸਮੇਂ ਦੀ ਜ਼ਾਲਮ ਹਕੂਮਤ ਨੇ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਭਾਰੀ ਹਮਲਾ ਕੀਤਾ, ਤਾਂ ਉਸ ਸਮੇਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੀ ਅਗਵਾਈ ਵਿੱਚ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਅਣਗਿਣਤ ਸਿੰਘਾਂ, ਸਿੰਘਣੀਆਂ, ਭੁਚੰਗੀਆਂ, ਬਜ਼ੁਰਗਾਂ, ਮਾਤਾਵਾਂ ਨੇ ਉਸ ਸਤਿਗੁਰੂ ਦੇ ਚਰਨਾਂ ਵਿੱਚ ਸ਼ਹੀਦੀਆਂ ਦਿੱਤੀਆਂ। ਇਹ ਉਹਨਾਂ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜ ਕਰਕੇ ਬੈਠੇ ਹਾਂ। ਸ਼ਹੀਦੀ ਦੀਵਾਨ ਰੋਜ਼ਾਨਾ ਲਗਾਤਾਰ ਵੱਖ ਵੱਖ ਨਗਰਾਂ ਦੇ ਵਿੱਚ ਚੱਲ ਰਹੇ ਹੈ। ਅੱਜ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸਾਰੇ ਪੰਜਾਬ ਦੇ ਵਿੱਚੋਂ ਵੱਡੀ ਇਕੱਤਰਤਾ ਪਤਵੰਤੇ ਸਿੰਘਾਂ ਦੀ, ਮਹਾਂਪੁਰਖਾਂ ਦੀ ਹੋਈ, ਜਿਸ ਵਿੱਚ ਸ਼ਹੀਦੀ ਸਮਾਗਮਾਂ ਦੀ ਸਾਰੀ ਰੂਪ ਰੇਖਾ ਉਲੀਕਣ ਲਈ, ਸੰਗਤਾਂ ਨੂੰ ਲਿਆਉਣ ਲਈ ਸੰਗਤਾਂ ਨੇ ਵੱਖ ਵੱਖ ਇਲਾਕਿਆਂ ਵਿੱਚੋਂ ਸਾਰਿਆਂ ਨੇ ਸੇਵਾਵਾਂ ਲੈਣਾ ਕੀਤੀਆਂ ਹਨ। ਇਸੇ ਤਰ੍ਹਾਂ ਬਹੁਤ ਸਤਿਗੁਰੂ ਜੀ ਦੀ ਕਿਰਪਾ ਹੈ, ਸੰਗਤਾਂ ਦਾ ਅਪਾਰ ਸਹਿਯੋਗ ਹੈ, ਸ਼ਹੀਦਾਂ ਪ੍ਰਤੀ ਅਥਾਹ ਸਤਿਕਾਰ ਹੈ ਸੰਗਤ ਦੇ ਹਿਰਦੇ ਵਿੱਚ। ਸਾਧ ਸੰਗਤ ਜੀ, 30 ਮਈ ਨੂੰ ਆਪਾਂ ਸਾਰੇ ਇਲਾਕੇ ਦੀ ਦਿਨੇ 12 ਵਜੇ ਉੱਥੇ ਮੀਟਿੰਗ ਰੱਖੀ ਹੈ ਸਥਾਨ 'ਤੇ, ਤਾਂ ਕਿ ਉਦਣ ਲੰਗਰਾਂ ਦੀ, ਛਬੀਲਾਂ ਦੀ, ਹੋਰ ਜਿੰਨੀਆਂ ਵੀ ਲੋੜੀਂਦੀਆਂ ਸੇਵਾਵਾਂ ਹਨ ਉਹਨਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਵੱਖ ਵੱਖ ਸਿੰਘਾਂ ਨੂੰ ਸੌਂਪਣੀ ਹੈ। ਵੱਖ ਵੱਖ ਸੰਗਤਾਂ ਨੇ ਉਹ ਸੇਵਾ ਲੈਣੀ ਹੈ,
ਉਸ ਇਕੱਤਰਤਾ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਵਕਤ ਸਿਰ ਮੁਖੀ ਮੁਖੀ ਸਿੰਘਾਂ ਨੇ ਜ਼ਰੂਰ ਪਹੁੰਚਣਾ ਹੈ। ਆਓ ਹੁਣ ਮਨ ਬਿਰਤੀ ਨੂੰ ਇਕਾਗਰ ਕਰੋ ਜਿੱਥੇ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਦੀਪਾ ਜੀ ਕਾਸਰਾ ਜਾਤੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਮੇਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਹੈ। ਬੜਾ ਸੰਖੇਪ ਪ੍ਰਸੰਗ ਹੈ, ਬਹੁਤ ਹੀ ਰਸਦਾਇਕ ਕਥਾ ਹੈ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੀਪਾ ਹੋਤੋ ਕਾਸਰਾ ਰੂਰ। ਦੀਪਾ ਸਿੱਖ ਦਾ ਨਾਮ ਹੈ, ਭਾਈ ਦੀਪਾ ਸਿੱਖ ਹੈ, ਕਾਸਰਾ ਜਾਤੀ ਦਾ। ਬੜਾ ਸੁੰਦਰ ਰੂਰ ਨਾਮ ਹੁੰਦਾ, ਸੁੰਦਰ ਦਾ, ਸੁੰਦਰ ਗੁਣਾਂ ਵਾਲਾ, ਸ਼ੁਭ ਗੁਣਾਂ ਵਾਲਾ, ਗੁਰਮੁਖਾਂ ਵਾਲਾ ਜਿਨ੍ਹਾਂ ਦਾ ਜੀਵਨ ਹੈ। ਇਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਔਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿ ਕੇ ਇਹਨਾਂ ਨੇ ਬੜੀ ਭਾਰੀ ਸੇਵਾ ਕੀਤੀ ਹੈ। ਸ੍ਰੀ ਅਰਜਨ ਕੇ ਰਹਿਤ ਹਜ਼ੂਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹੀ ਰਹਿ ਕੇ ਸੇਵਾ ਕਰਦੇ ਅਤੇ ਦਰਸ਼ਨ ਕਰਦੇ ਹਨ। ਸੇਵਾ ਕਰੇ ਸਰਬ ਪ੍ਰਕਾਰ। ਹਰ ਤਰ੍ਹਾਂ ਦੀ ਜੋ ਸੇਵਾ ਹੈ, ਸੇਵਾ ਕਰਨੀ ਬੜੀ ਕਠਿਨ ਹੈ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਗੁਰਸੇਵਾ ਤਪਾ ਸਿਰ ਤਪਸਾਰ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਸਿੱਖਾ ਗੁਰੂ ਦੇ ਘਰ ਦੀ ਸੇਵਾ ਕਰਕੇ ਵੇਖ, ਮਨ ਇੱਛਤ ਦਾਤਾਂ ਤੈਨੂੰ ਪ੍ਰਾਪਤ ਹੋਣਗੀਆਂ, ਤੇਰੀ ਹਉਮੈ ਵੀ ਚਲੀ ਜਾਏਗੀ। ਹਉਮੈ ਸ਼ਬਦ ਕਹਿਣਾ ਬੜਾ ਸੁਖੈਨ ਹੈ, ਪਰ ਜਦੋਂ ਹਉਮੈ ਵਿੱਚੋਂ ਮਿਟ ਜਾਂਦੀ ਹੈ, ਸਿੱਖ ਗੁਰੂ ਦਾ ਰੂਪ ਬਣ ਜਾਂਦਾ, ਬ੍ਰਹਮ ਗਿਆਨੀ ਬਣ ਜਾਂਦਾ। ਸੰਗਤ ਜੀ, ਇਹ ਸੇਵਾ ਹਉਮੈ ਵੀ ਮੇਟ ਦਿੰਦੀ ਹੈ। ਜਿੱਥੇ ਮੈਂ ਮੇਰੀ ਦਾ ਨਾਸ ਹੋ ਜਾਂਦਾ, ਜਿੱਥੇ ਮੈਂ ਮੇਰੀ ਖਤਮ ਹੋ ਗਈ, ਕਬੀਰ ਤੂੰ ਤੂੰ ਕਰਤਾ ਤੂੰ ਪਿਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ। ਹਉਮੈ ਮਿਟਣੀ ਬੜੀ ਕਠਿਨ ਹੈ, ਬਹੁਤ ਔਖੀ ਹੈ। ਕਹਿਣਾ ਬੜਾ ਸੁਖੈਨ ਹੈ, ਬੰਦੇ ਨੂੰ ਥੋੜ੍ਹੀ ਜਿਹੀ ਕੋਈ ਗੱਲ ਕਹਿ ਦਿਓ, ਬੰਦੇ ਦੀ ਹਉਮੈ ਦੀ ਅੰਗਿਆੜੀ ਚੰਗਿਆੜੀ ਇੱਕ ਮਿੰਟ ਵਿੱਚ ਭਟਕ ਜਾਂਦੀ ਹੈ। ਤੂੰ ਮੈਨੂੰ ਕੌਣ ਹੈ ਕਹਿਣ ਵਾਲਾ, ਇਹ ਗੱਲ ਹਉਮੈ ਮੇਟਣੀ ਬੜੀ ਕਠਿਨ ਹੈ। ਸੰਗਤ ਜੀ, ਗੁਰੂ ਸਾਹਿਬ ਹੀ ਕਿਰਪਾ ਕਰਕੇ ਮੇਟ ਦੇਣ ਤਾਂ ਮਿਟਦੀ ਹੈ। ਹਉਮੈ ਤਜਨ ਨਾਮ ਲਿਵਲਾਵਨ, ਗੁਰਮੁਖ ਸੁਖ ਫਲ ਪੰਥੇ ਹੋ ਪਾਵਨ। ਨਾਮ ਵਿੱਚ ਲਿਵ ਲਾਉਣੀ, ਹਉਮੈ ਦਾ ਤਿਆਗ ਕਰਨਾ, ਇਹੀ ਗੁਰਮੁਖਾਂ ਨੂੰ ਸੁਖ ਫਲ ਦਾ ਮਾਰਗ, ਇਹੀ ਪੰਥ ਰਸਤਾ, ਸਾਰੇ ਸੁੱਖਾਂ ਨੂੰ ਦੇਣ ਵਾਲਾ, ਸਾਰੇ ਸੁੱਖਾਂ ਦਾ ਫਲ ਪ੍ਰਦਾਨ ਕਰਨ ਵਾਲਾ ਹੈ। ਇਸ ਕਰਕੇ ਭਾਈ ਦੀਪਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਹਰ ਤਰ੍ਹਾਂ ਦੀ ਸੇਵਾ ਕਰਦਾ ਭਾਵਨਾ ਦੇ ਨਾਲ। ਜੋ ਸਿੱਖ ਆਏ ਗੁਰੂ ਦਰਬਾਰ। ਜਿਹੜਾ ਵੀ ਸਿੱਖ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਹਜ਼ੂਰ ਦੇ ਦਰਸ਼ਨ ਕਰਨ ਆਉਂਦਾ ਹੈ, ਉੱਤਮ ਭੋਜਨ ਕਰ ਅਚਵਾਵੇ। ਜਿਹੜੇ ਵੀ ਸਮੇਂ ਆ ਜਾਏ ਨਾ, ਚੰਗੇ ਤੋਂ ਚੰਗਾ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਉਸ ਗੁਰਮੁਖ ਨੂੰ ਛਕਾਉਂਦਾ ਹੈ, ਮਾਈ ਭਾਈ ਸੰਗਤਾਂ ਨੂੰ ਛਕਾਉਂਦਾ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਬਰਾਡੇ ਹੋਏ ਹੈ। ਇੱਕ ਦਿਨ ਲੰਗਰਾਂ ਦੇ ਵਿੱਚ ਸਤਿਗੁਰੂ ਜੀ ਲੰਗਰ ਦੀ ਪਰਖ ਕਰਨ ਵਾਸਤੇ ਗਏ ਸੰਗਤ ਜੀ, ਵੀ ਲੰਗਰ ਕਿੰਨੇ ਕੁ ਸਿੱਖ ਭਾਵਨਾ ਨਾਲ ਔਰ ਸ਼ਰਧਾ ਨਾਲ ਲਾ ਕੇ ਸੰਗਤਾਂ ਦੀ ਸੇਵਾ ਕਰਦੇ ਹੈ। ਸਾਧ ਸਿੰਘ ਜੀ ਜਦੋਂ ਅੱਧੀ ਰਾਤ ਨੂੰ ਲੰਗਰਾਂ ਦੇ ਵਿੱਚ ਗਏ ਨਾ ਸੱਚੇ ਪਾਤਸ਼ਾਹ, ਇੱਕ ਥਾਂ ਤੋਂ ਆਪ ਜੀ ਨੇ ਰੂਪ ਸਿੱਖ ਵਾਲਾ ਬਣਾਇਆ ਹੋਇਆ ਲਾਂਗਰੀ ਸਿੰਘ ਨੂੰ ਕਹਿਣ ਲੱਗੇ, ਭਾਈ ਲੰਗਰ ਛਕਣਾ। ਲਾਂਗਰੀ ਕਹਿੰਦਾ, ਉੱਠ ਕੇ ਅੱਧੀ ਰਾਤ ਤੂੰ ਆ ਗਿਆ, ਇਹ ਲੰਗਰ ਛਕਣ ਦਾ ਕੋਈ ਵੇਲਾ? ਲੰਗਰ ਕੋਈ ਸਮੇਂ ਸਿਰ ਵਰਤਦਾ ਔਰ ਸਮੇਂ ਸਿਰ ਬਣਾਇਆ ਜਾਂਦਾ, ਤੂੰ ਸੌਣ ਨੂੰ ਵੀ ਨਹੀਂ ਦਿੰਦਾ, ਜਾ ਦੌੜ ਜਾ ਇੱਥੋਂ, ਲੰਗਰ ਭਾਲਦਾ ਇੱਥੋਂ। ਸਤਿਗੁਰੂ ਚੁੱਪ ਕਰਕੇ ਅੱਗੇ ਚਲੇ ਗਏ। ਅਗਲੇ ਲੰਗਰ ਦੇ ਵਿੱਚ ਗਏ, ਕਹਿਣ ਲੱਗੇ, ਭਾਈ ਭੁੱਖ ਲੱਗੀ ਹੈ, ਲੰਗਰ ਛਕਾਓ। ਸਿੱਖ ਕਹਿੰਦਾ, ਲੰਗਰ ਵਰਤ ਚੁੱਕਾ, ਲੰਗਰ ਮਸਤਾਨਾ ਹੋ ਗਿਆ, ਲੰਗਰ ਨਹੀਂ ਮਿਲਣਾ ਹੁਣ। ਚੁੱਪ ਕਰਕੇ ਸੱਚੇ ਪਾਤਸ਼ਾਹ ਉਸ ਤੋਂ ਅੱਗੇ ਗਏ। ਅਗਲੇ ਸਿੱਖ ਨੂੰ, ਅਗਲੇ ਲਾਂਗਰੀਆਂ ਨੂੰ ਜਾ ਕੇ ਪੁੱਛਦੇ ਆ, ਭਾਈ ਲੰਗਰ ਛਕਣਾ, ਕੋਈ ਲੰਗਰ ਛਕਾ ਸਕਦਾ? ਸਿੱਖ ਕਹਿਣ ਲੱਗਾ, ਦਾਲ ਵੀ ਮੁੱਕੀ ਹੈ, ਆਟਾ ਵੀ ਨਹੀਂ ਹੈ, ਦਾਲਾਂ ਅਜੇ ਧਰਨਾ ਹੈ, ਦਾਲ ਬਣੇਗੀ, ਪ੍ਰਸ਼ਾਦਾ ਬਣਾਵਾਂਗਾ, ਫਿਰ ਤੈਨੂੰ ਛਕਾਵਾਂਗਾ। ਸਤਿਗੁਰੂ ਜੀ ਅੱਗੇ ਚਲੇ ਜਾਂਦੇ ਆ। ਅੱਗੇ ਸਿੱਖ ਦਾਲ ਧੋ ਕੇ ਸਾਧ ਸੰਗਤ ਜੀ ਬੜੇ ਪ੍ਰੇਮ ਦੇ ਨਾਲ ਵਲਟੋਈ ਵਿੱਚ ਦੇਗ ਵਿੱਚ ਪਾ ਰਿਹਾ। ਮਹਾਰਾਜ ਕਹਿੰਦੇ, ਗੁਰਮੁਖਾਂ ਲੰਗਰ ਛਕਣਾ। ਗੁਰਸਿੱਖ ਜੀ ਕਹਿਣ ਲੱਗਾ, ਅਜੇ ਤਾਂ ਦਾਲ ਹੁਣੇ ਧਰਨ ਲੱਗਾ, ਇਸ ਕਰਕੇ ਅਜੇ ਲੰਗਰ ਨਹੀਂ ਮਿਲ ਸਕਦਾ। ਅਖੀਰ ਸਤਿਗੁਰੂ ਮਹਾਰਾਜ ਜੀ ਚਲਦੇ ਚਲਦੇ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਚਲੇ ਗਏ। ਭਾਈ ਨੰਦ ਲਾਲ ਸਿੰਘ ਜੀ ਨੇ ਉਸ ਸਮੇਂ ਸਾਧ ਸੰਗਤ ਜੀ, ਦਾਲ ਉਹਨਾਂ ਦੀ ਬਣ ਚੁੱਕੀ ਸੀ ਔਰ ਆਟਾ ਗੁੰਨ ਰਹੇ ਸਨ। ਕਹਿਣ ਲੱਗੇ, ਆਓ ਜੀ, ਜੀ ਆਇਆਂ ਨੂੰ ਹੁਣੇ ਇੱਥੇ ਬੈਠੋ, ਮੈਂ ਆਟਾ ਗੁੰਨ ਹੀ ਦੇਣ ਲੱਗਾ ਹਾਂ, ਮੈਂ ਹੁਣੇ ਤਾਜ਼ਾ ਤਾਜ਼ਾ ਪ੍ਰਸ਼ਾਦਾ ਬਣਾ ਕੇ ਤੁਹਾਨੂੰ ਛਕਾਉਂਦਾ ਹਾਂ। ਮਹਾਰਾਜ ਕਹਿਣ ਲੱਗੇ, ਕਾਹਲੀ ਬੜੀ ਹੈ। ਕਹਿਣ ਲੱਗੇ, ਜੀ ਜੇ ਬਹੁਤੀ ਕਾਹਲੀ ਹੈ, ਦਾਲ ਦਾ ਮੈਂ ਬਾਟਾ ਭਰ ਕੇ ਤੁਹਾਡੇ ਅੱਗੇ ਰੱਖ ਦਿੰਦਾ, ਅਤੇ ਆਟੇ ਦੇ ਅਜੇ ਪ੍ਰਸ਼ਾਦੇ ਨਹੀਂ ਬਣੇ, ਤੁਸੀਂ ਸਵਾਇਆ ਸਵਾਇਆ ਦਾਲਾਂ ਛਕੋ, ਮੈਂ ਨਾਲ ਹੀ ਪ੍ਰਸ਼ਾਦਾ ਪਕਾ ਕੇ ਲਿਆਉਣਾ। ਮਹਾਰਾਜ ਕਹਿੰਦੇ, ਚੰਗਾ ਜੀ, ਸਤਿਬਚਨ ਜੀ। ਭਾਈ ਨੰਦ ਲਾਲ ਸਿੰਘ ਜੀ ਨੇ ਸਤਿਗੁਰੂ ਜੀ ਦੇ ਹੱਥ ਪਵਿੱਤਰ ਕਰਾਏ, ਦਾਲਾਂ ਲਿਆ, ਦੇਗੇ ਵਿੱਚੋਂ ਪੰਜਵਾਂ ਘਿਓ ਪਾ ਕੇ ਅੱਗੇ ਰੱਖ ਦਿੱਤਾ, ਨਾਲ ਹੀ ਪ੍ਰਸ਼ਾਦਾ ਪਕਾ ਕੇ ਸਤਿਗੁਰੂ ਜੀ ਦੇ ਹਸਤ ਕਮਲਾਂ 'ਤੇ ਰੱਖ ਦਿੱਤਾ। ਬੜੇ ਪ੍ਰੇਮ ਨਾਲ ਸਤਿਗੁਰੂ ਜੀ ਨੇ ਪ੍ਰਸ਼ਾਦਾ ਛਕਿਆ। ਆਪਣੀ ਮੌੜ ਸੀ, ਭਾਈ ਨੰਦ ਲਾਲ ਜੀ ਨੂੰ ਵੀ ਨਹੀਂ ਪਛਾਣ ਆਉਣ ਦਿੱਤੀ, ਹੱਥ ਪਵਿੱਤਰ ਕਰਕੇ ਤੁਰ ਗਏ। ਸਵੇਰੇ ਦੀਵਾਨ ਲੱਗਾ ਹੋਇਆ ਸਿੱਖਾਂ ਨੂੰ ਬੁਲਾ ਲਿਆ, ਕਹਿੰਦੇ, ਭਾਈ ਕਿੰਨੇ ਲੰਗਰ ਚੱਲਦੇ ਹੈ? ਮੇਰੇ ਵਰਗੇ ਇਕੱਲਾ ਇਕੱਲਾ ਅੱਗੇ ਆਉਂਦਾ ਜੀ, ਮੇਰਾ ਲੰਗਰ ਚੱਲਦਾ, ਮੇਰਾ ਲੰਗਰ ਚੱਲਦਾ, ਮੇਰਾ ਚੱਲਦਾ, ਮੈਂ ਆਹ ਬਣਾਉਣਾ, ਆਹ ਬਣਾਉਣਾ। ਮਹਾਰਾਜ ਕਹਿੰਦੇ, ਕੋਈ ਲੰਗਰ ਲੁੰਗਰ ਨਹੀਂ ਚੱਲਦਾ ਇੱਥੇ, ਲੰਗਰ ਇਕੱਲਾ ਹੀ ਭਾਈ ਨੰਦ ਲਾਲ ਸਿੰਘ ਦਾ ਚੱਲਦਾ, ਬਾਕੀ ਤਾਂ ਤੁਸੀਂ ਗੱਲਾਂ ਕਰਨ ਵਾਲੇ ਹੀ ਹੋ। ਜਦੋਂ ਲੋੜ ਸੀ ਉਦੋਂ ਤੁਸੀਂ ਲੰਗਰ ਨਹੀਂ ਕਿਸੇ ਨੂੰ ਭੁੱਖੇ ਨੂੰ ਛਕਾਉਂਦੇ ਅਤੇ ਗੱਲਾਂ ਲੰਗਰ ਦੀਆਂ ਕਰਦੇ ਹੋ। ਭਾਵ ਅੱਠੇ ਪਹਿਰ ਧੰਨ ਸੀ ਉਹ ਸਿੱਖ। ਬੜਾ ਕਠਿਨ ਹੈ ਸਾਧ ਸੰਗਤ ਜੀ, ਉੱਤਮ ਭੋਜਨ ਕਰ ਚਬਾਵੈ,
ਉੱਤਮ ਉੱਤਮ ਚੰਗੇ ਚੰਗੇ ਭੋਜਨ ਲੰਗਰ ਵਿੱਚ ਬਣਾ ਕੇ ਛਕਾਉਣੇ ਪ੍ਰੇਮ ਦੇ ਨਾਲ ਭੁੱਖੇ ਗੁਰਸਿੱਖਾਂ ਨੂੰ, ਆਈ ਸੰਗਤ ਨੂੰ, ਜਿਹੜੇ ਵੇਲੇ ਵੀ ਸੰਗਤ ਆ ਜਾਏ ਪ੍ਰੇਮ ਨਾਲ ਲੰਗਰ ਛਕਾ ਦੇਣਾ, ਇਹ ਵਿਰਲਿਆਂ ਦੇ ਹਿੱਸੇ ਆਉਂਦਾ। ਸੰਗਤ ਦੀ ਐਸੀ ਸੇਵਾ ਹਰ ਇੱਕ ਨਹੀਂ ਕਰ ਸਕਦਾ। ਉਹ ਧੰਨ ਗੁਰਮੁਖ ਮਹਾਂਪੁਰਖ ਜਿਹੜੇ ਸੰਗਤਾਂ ਨੂੰ ਪ੍ਰੇਮ ਨਾਲ ਹਰ ਸਮੇਂ ਲੰਗਰ ਦੀ ਸੇਵਾ ਵਿੱਚ ਲੱਕ ਮੰਨ ਕੇ ਸੇਵਾ ਵਿੱਚ ਤਿਆਰ ਬਰ ਤਿਆਰ ਰਹਿੰਦੇ ਆ, ਤਤਪਰ ਰਹਿੰਦੇ ਆ। ਕਿਸੇ ਵੇਲੇ ਵੀ ਸੰਗਤ ਗੁਰੂ ਕੇ ਦਰਬਾਰ ਵਿੱਚ ਆ ਜਾਂਦੀ ਹੈ, ਉਹ ਸਿੱਖ ਭਾਈ ਦੀਪਾ ਤਾਜ਼ਾ ਲੰਗਰ ਬਣਾ ਕੇ, ਉੱਤਮ ਭੋਜਨ, ਚੰਗੇ ਚੰਗੇ ਭੋਜਨ ਬਣਾ ਕੇ ਸੰਗਤ ਨੂੰ ਤਿਆਰ ਕਰਕੇ ਛਕਾਉਂਦਾ ਹੈ। ਤਿਨ ਕੀ ਝੂਠ ਆਪ ਲੈ ਖਾਵੇ, ਚੰਗਾ ਭੋਜਨ ਆਪ ਨਹੀਂ ਛਕਦਾ, ਆਪ ਕੀ ਕਰਦਾ, ਜਿਹੜਾ ਉਹਦੇ ਵਿੱਚੋਂ ਬਚ ਜਾਂਦਾ ਨਾ ਛਕੇ ਹੋਏ ਵਿੱਚੋਂ, ਉਹ ਆਪ ਲੈ ਕੇ ਛਕ ਲੈਂਦਾ ਬਚਿਆ ਹੋਇਆ ਗੁਰਸਿੱਖਾਂ ਦਾ ਭੋਜਨ। ਝੂਠ ਜਿਹੜਾ ਸ਼ਬਦ ਹੈ ਸਾਧ ਸੰਗਤ ਜੀ, ਇਹ ਦੋ ਤਰ੍ਹਾਂ ਕਰਕੇ ਲਿਆ ਜਾਂਦਾ ਹੈ। ਇੱਕ ਤਾਂ ਪੁਰਾਣੇ ਸਮਿਆਂ ਵਿੱਚ ਸਿੱਖ ਜਿਹੜੇ ਸਨ, ਜਦੋਂ ਪ੍ਰਸ਼ਾਦਾ ਛਕਣਾ, ਜਿਹੜਾ ਜੂਠਾ ਕਿਣਕਾ ਕੋਈ ਥਾਲ ਵਿੱਚ, ਕੌਲਿਆਂ ਵਿੱਚ, ਬਰਤਨਾਂ ਵਿੱਚ ਲੱਗਾ ਰਹਿਣਾ, ਉਹਨੂੰ ਜੂਠ ਕਹਿੰਦੇ ਸਨ। ਉਹ ਫਿਰ ਵਿੱਚ ਪਾਣੀ ਫੇਰ ਕੇ ਉਹ ਵੀ ਨਾਲ ਛਕ ਲੈਣਾ, ਭਾਵ ਇੱਕ ਕਿਣਕਾ ਵੀ ਜੂਠਾ ਨਹੀਂ ਛੱਡਣਾ। ਇੱਕ ਤਾਂ ਇਹ ਪੱਖ ਸੀ। ਦੂਜਾ, ਸੰਗਤਾਂ ਦਾ ਬਚਿਆ ਹੋਇਆ ਸੀਤ ਪ੍ਰਸ਼ਾਦ ਵੀ ਗੁਰਸਿੱਖ ਛਕ ਲੈਂਦੇ ਸਨ, ਕਿਉਂਕਿ ਵਿਚਾਰ ਉਹੀ ਕਰਨੀ ਚਾਹੀਦੀ ਹੈ ਜਿਹੜੀ ਉਸ ਸਮੇਂ ਚੱਲ ਰਹੀ ਸੀ, ਕਿਉਂਕਿ ਗੁਰਸਿੱਖਾਂ ਦੇ ਹਿਰਦੇ ਵਿੱਚ ਇਹ ਭਾਵਨਾ ਸੀ ਕਿ ਗੁਰਸਿੱਖਾਂ ਦਾ ਬਚਿਆ ਹੋਇਆ ਸੰਗਤਾਂ ਦਾ ਸੀਤ ਪ੍ਰਸ਼ਾਦ ਛਕਣ ਨਾਲ ਜੀਵਨ ਦੇ ਵਿੱਚ ਕਲਿਆਣ ਪ੍ਰਾਪਤ ਹੁੰਦੀ ਹੈ। ਕਿਉਂ? ਉਹਦਾ ਕਾਰਨ ਸੀ ਇੱਕ ਖਾਸ। ਗੁਰਸਿੱਖ ਸਮਝਦੇ ਸਨ ਕਿ ਜੇ ਲੰਗਰ ਦੇ ਵਿੱਚੋਂ ਸਿੱਧਾ ਪ੍ਰਸ਼ਾਦਾ ਛਕਿਆ ਨਾ, ਜਿਨ੍ਹਾਂ ਨੇ ਲਿਆ ਕੇ ਰਸਤ ਪਾਈ ਹੈ, ਸੇਵਾ ਕੀਤੀ ਹੈ, ਇਹ ਸਾਡੀ ਕਮਾਈ ਵਿੱਚੋਂ, ਨਾਮ ਵਿੱਚੋਂ, ਸੇਵਾ ਵਿੱਚੋਂ ਸਾਨੂੰ ਘਾਟਾ ਪੈ ਜਾਏਗਾ। ਇਸ ਲਈ ਉਹ ਗੁਰਸਿੱਖਾਂ ਦੇ ਬਚੇ ਵਿੱਚੋਂ ਛਕ ਲੈਂਦੇ ਸਨ ਕਿ ਸਾਡੀ ਸੇਵਾ, ਸਾਡੀ ਕਮਾਈ ਸਾਡੇ ਪਾਸ ਰਹੇ, ਤਾਂ ਕਿ ਅਸੀਂ ਜਿਹੜਾ ਬਚਿਆ ਛਕਿਆ ਸਿੱਧਾ ਲੰਗਰ ਦੇ ਵਿੱਚੋਂ, ਰਸਤਾ ਵਿੱਚੋਂ ਭੋਜਨ ਨਹੀਂ ਛਕਿਆ। ਇੱਕ ਤਾਂ ਇਹ ਕਾਰਨ ਵੀ ਹੁੰਦਾ ਸੀ। ਦੂਸਰਾ, ਝੂਠ ਤੋਂ ਭਾਵ ਇਹ ਵੀ ਹੁੰਦਾ ਵੀ ਜਦੋਂ ਸਾਰੀਆਂ ਸੰਗਤਾਂ ਛੱਕ ਕੇ ਚਲੀਆਂ ਗਈਆਂ, ਜਿਹੜਾ ਮਗਰੋਂ ਲੰਗਰ ਬਚ ਗਿਆ, ਪਹਿਲਾਂ ਇਹ ਨਹੀਂ ਵੀ ਆਪ ਡੋਲੂ ਭਰ ਭਰ ਕੇ, ਬਾਲਟੀਆਂ ਭਰ ਕੇ ਘਰਾਂ ਨੂੰ ਲੈ ਜਾਓ, ਸੰਗਤ ਵਿਚਾਰੀ ਅਜੇ ਅੱਧੀ ਬੈਠੀ ਹੈ ਛਕਣ ਵਾਲੀ, ਉਹਨਾਂ ਨੂੰ ਪ੍ਰਸ਼ਾਦਾ ਹੀ ਨਹੀਂ ਮਿਲਿਆ, ਭਾਵ ਮਗਰੋਂ ਸਾਰਿਆਂ ਦੇ ਛਕੇ ਤੋਂ ਬਾਅਦ ਜਿਹੜਾ ਰਹਿ ਗਿਆ ਬਚਦਾ ਲੰਗਰ, ਇਹਨੂੰ ਸਭ ਤੋਂ ਪਵਿੱਤਰ ਭੋਜਨ ਧਾਰਮਿਕ ਗ੍ਰੰਥਾਂ ਵਿੱਚ ਵੀ ਮੰਨਿਆ, ਸ਼ਾਸਤਰਾਂ ਵਿੱਚ ਵੀ ਕਹਿੰਦੇ, ਜਿਹੜਾ ਵਿਅਕਤੀ, ਜਿਹੜਾ ਪ੍ਰਾਣੀ ਸਾਰਾ ਜੱਗ ਵਰਤਣ ਤੋਂ ਬਾਅਦ, ਉਹ ਜੱਗ ਸ਼ਬਦ ਵਰਤਦੇ, ਅਸੀਂ ਲੰਗਰ ਵਰਤਦੇ ਹਾਂ, ਗੱਲ ਇੱਕੋ ਹੀ ਹੈ, ਨਾਮ ਵੱਖ ਵੱਖ ਹਨ, ਅਰਥ ਇੱਕੋ ਹੀ ਹਨ। ਕਹਿੰਦੇ ਜੱਗ ਵਿੱਚੋਂ ਸਾਰਿਆਂ ਦੇ ਛਕਿਆਂ ਤੋਂ ਬਾਅਦ ਬਚਿਆ ਭੋਜਨ ਜਿਹੜਾ ਛਕਦਾ ਹੈ, ਉਸ ਦੇ ਅੰਤਕਰਨ ਦੀਆਂ ਸਾਰੀਆਂ ਮੈਲਾਂ ਦੂਰ ਹੋ ਜਾਂਦੀਆਂ ਹਨ ਇੱਕ ਦਿਨ, ਔਰ ਉਹ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣ ਜਾਂਦਾ।
ਇਸ ਕਰਕੇ ਇਸ ਝੂਠ ਭਾਵ ਤੋਂ ਇਹ ਲੈਣਾ, ਜਦੋਂ ਸਾਰੀਆਂ ਸੰਗਤਾਂ ਛੱਕ ਜਾਂਦੀਆਂ ਫਿਰ ਬਚਿਆ ਹੋਇਆ ਸਿੱਖ ਉਹ ਭੋਜਨ ਛਕਿਆ ਕਰਦੇ। ਇਸ ਕਰਕੇ ਗੁਰੂ ਘਰ ਦੇ ਵਿੱਚ ਝੂਠ ਔਰ ਝੂਠ ਤੋਂ ਬਚ ਕੇ ਰਹਿਣਾ, ਨਾ ਤਾਂ ਝੂਠ ਖਾਣੀ ਹੈ ਔਰ ਨਾ ਹੀ ਝੂਠ ਬੋਲਣਾ, ਝੂਠ ਬੋਲਣ ਤੋਂ ਵੀ ਮਹਾਰਾਜ ਬਚਾ ਕੇ ਰੱਖਣ, ਔਰ ਝੂਠ ਵੀ ਨਹੀਂ ਖਾਣੀ ਕਦੇ ਕਿਸੇ ਦੀ। ਇਹ ਖਿਆਲ ਰੱਖਣਾ ਸੰਗਤ ਜੀ, ਲੰਗਰ ਦੇ ਵਿੱਚ ਸੁੱਚ ਪਵਿੱਤਰਤਾ ਵੀ ਜ਼ਰੂਰੀ ਰੱਖਣੀ ਚਾਹੀਦੀ ਹੈ। ਪਤਾ ਨਹੀਂ ਲੰਗਰ ਵਿੱਚੋਂ ਕਿਹੋ ਜਿਹੇ ਗੁਰਮੁਖ ਸਿੰਘ ਵਿਵੇਕ ਰੱਖਣ ਵਾਲੇ ਮਰਜ਼ਾਦਾ ਰੱਖਣ ਵਾਲਿਆਂ ਨੇ ਵੀ ਲੰਗਰ ਛਕਣਾ ਹੁੰਦਾ। ਲੰਗਰ ਨੂੰ ਸੁੱਚ ਪਵਿੱਤਰਤਾ ਨਾਲ ਹੀ ਬਣਾਉਣਾ ਚਾਹੀਦਾ, ਵਰਤਾਉਣਾ ਵੀ ਚਾਹੀਦਾ, ਜੂਠੇ ਮਿੱਠੇ ਹੱਥ ਨਹੀਂ ਲਾਉਣੇ ਚਾਹੀਦੇ। ਸਮਝਣਾ ਇਹ ਚਾਹੀਦਾ ਕਿ ਸੰਗਤ ਵਿੱਚ ਗੁਰੂ ਆਪ ਵਸ ਕੇ ਲੰਗਰ ਛਕਦੇ ਆ, ਇਸ ਕਰਕੇ ਪਤਾ ਨਹੀਂ ਕਿਹੜੇ ਸਮੇਂ ਮਹਾਰਾਜ ਸੰਗਤ ਦਾ ਰੂਪ ਧਾਰ ਕੇ ਆ ਜਾਣ। ਸੁੱਚ ਪਵਿੱਤਰਤਾ ਜ਼ਰੂਰੀ ਰੱਖਣੀ ਚਾਹੀਦੀ ਹੈ ਲੰਗਰਾਂ ਵਿੱਚ। ਸਿੱਖ ਨੇ ਝੂਠਾ ਕਦੇ ਵੀ ਨਹੀਂ ਖਾਣਾ। ਇਸ ਕਰਕੇ ਝੂਠ ਤੋਂ ਭਾਵ ਇੱਥੇ ਇਹ ਲੈਣਾ, ਜਿਹੜਾ ਬਚ ਜਾਂਦਾ ਸੀ ਮਗਰੋਂ ਉਹ ਬਾਅਦ ਵਿੱਚ ਭਾਈ ਦੀਪਾ ਲੈ ਕੇ ਛਕਦਾ, ਉਨਾ ਚਿਰ ਛਕਦੇ ਨਹੀਂ ਸਨ। ਸਿੱਖਨ ਕੇ ਪੱਗ ਧੋਵਨ ਕਰ, ਜਿਹੜੇ ਸਿੱਖ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਉਂਦੇ, ਸੰਗਤਾਂ ਆਉਂਦੀਆਂ, ਉਹਨਾਂ ਦੇ ਚਰਨ ਜਲ ਲੈ ਕੇ ਧੋਇਆ ਕਰਦਾ ਪ੍ਰੇਮ ਦੇ ਨਾਲ। ਥਕਤ ਹੋਏ ਤਿਸ ਚਾਪੀ ਭਰਾ, ਜੇ ਕੋਈ ਥੱਕਿਆ ਸਿੱਖ ਹੈ, ਬਹੁਤ ਥਕਾਵਟ ਨਾਲ ਦੂਰੋਂ ਦੂਰੋਂ ਸੰਗਤ ਚੱਲ ਕੇ ਆਈ ਹੈ, ਉਹਨਾਂ ਦੀ ਮੁੱਠੀ ਚਾਪੀ ਕਰਨੀ। ਅੱਜ ਕਹਿ ਕੇ ਦੇਖੋ ਕਿਸੇ ਸਿੰਘ ਨੂੰ ਵੀ ਫਲਾਨੇ ਦੀ ਮੁੱਠੀ ਚਾਪੀ ਕਰਦੇ, ਉਹ ਕਹਿੰਦਾ ਪਹਿਲਾਂ ਤੂੰ ਹੀ ਮੇਰੀਆਂ ਲੱਤਾਂ ਘੁੱਟ। ਪਰ ਉਹ ਸਿੱਖ ਧੰਨ ਸਨ ਜਿਹੜੇ ਥੱਕੀ ਹੋਈ ਸੰਗਤ ਦੀ ਮੁੱਠੀ ਚਾਪੀ ਕਰਦੇ ਸਨ ਬੜੇ ਪ੍ਰੇਮ ਦੇ ਨਾਲ। ਸੰਗਤ ਜੀ, ਇਤਿਹਾਸ ਸੁਣਨ ਵਾਸਤੇ ਨਹੀਂ, ਇਹਨੂੰ ਅਮਲੀ ਜਾਮਾ ਵੀ, ਮੰਨ ਲਓ ਤੁਸੀਂ ਲੰਗਰ ਵੀ ਨਹੀਂ ਛਕਾ ਸਕਦੇ, ਹੋਰ ਵੀ ਸੇਵਾ ਨਹੀਂ ਕਰ ਸਕਦੇ, ਸੰਗਤਾਂ ਦੀ ਮੁੱਠੀ ਚਾਪੀ ਕਰ ਲਿਆ ਕਰੋ। ਖਾਲਸਾ ਇਹਨੂੰ ਕਹਿੰਦਾ, ਖਾਲਸਾ ਰੁੱਗੇ ਛਕਾਉਂਦਾ, ਇਹ ਖਾਲਸਾ ਹੀ ਬੋਲੇ ਹੈ। ਸੋ ਭਾਈ ਇਸ ਤਰ੍ਹਾਂ ਮੁੱਠੀ ਚਾਪੀ ਕਰਨੀ, ਸੇਵਾ ਕਰਨੀ, ਜੋੜੇ ਸਾਫ਼ ਕਰ ਲਓ, ਜਿਹੜੀਆਂ ਹੱਥੀਂ ਸੇਵਾਵਾਂ ਕਰ ਸਕਦੇ ਉਹ ਕਰ ਲੈਣੀਆਂ ਚਾਹੀਦੀਆਂ ਹਨ। ਥੱਕੇ ਹੋਏ ਗੁਰਸਿੱਖਾਂ ਦੀ ਸੰਗਤਾਂ ਦੀ ਮੁੱਠੀ ਚਾਪੀ ਭਾਈ ਦੀਪਾ ਜੀ ਕਰਦੇ ਹੈ। ਨਗਨ ਦੇਖ ਕਰ ਬਸਤਰ ਉਡਾਵੇ, ਜੇ ਕੋਈ ਸਾਧ ਸੰਗਤ ਜੀ ਸਰੀਰ ਤੋਂ ਨਗਨ ਹੈ, ਬਸਤਰ ਨਹੀਂ ਹਨ, ਤਾਂ ਉਹਨਾਂ ਨੂੰ ਪਹਿਨਣ ਵਾਸਤੇ ਬਸਤਰ ਦੇ ਦਿੰਦੇ ਹੈ, ਬਸਤਰਾਂ ਨਾਲ ਉਹਦਾ ਸਰੀਰ ਢੱਕ ਦਿੰਦੇ ਹੈ। ਕੋਈ ਬਜ਼ੁਰਗ ਤੁਰੇ ਤੁਰੇ ਗੁਰੂ ਘਰ ਵਿੱਚ ਆ ਗਏ, ਉਹਨਾਂ ਦੀ ਮੁੱਠੀ ਚਾਪੀ ਕਰ ਲਈ, ਸੇਵਾ ਕਰ ਲਈ, ਕਿੰਨਾ ਵੱਡਾ ਪੁੰਨ ਹੈ, ਬਹੁਤ ਵੱਡਾ ਫਲ ਹੈ। ਜਵਾਨੀ 'ਚ ਨਹੀਂ ਮੁੱਠੀ ਚਾਪੀ ਕਰਾਉਣੀ ਚਾਹੀਦੀ ਹੈ, ਖਿਆਲ ਰੱਖਣਾ ਚਾਹੀਦਾ। ਚੰਗਾ ਭਲਾ ਸਰੀਰ ਹੋਵੇ, ਮੁੱਠੀਆਂ ਚਾਪੀਆਂ ਕਰਾਉਣ ਲੱਗ ਜਾਓ, ਇਹ ਤਾਂ ਕਰਾਉਣ ਵਾਲੇ ਨੂੰ ਫਿਰ ਗੁਨਾਹ ਲੱਗੇਗਾ। ਕੋਈ ਬਜ਼ੁਰਗ ਸਰੀਰ ਹੈ, ਕੋਈ ਰੋਗੀ ਸਰੀਰ ਹੈ, ਉਹਨਾਂ ਦੀ ਸੇਵਾ ਜ਼ਰੂਰ ਕਰੋ ਭਾਈ, ਉਹਦਾ ਫਲ ਬਹੁਤ ਵੱਡਾ ਹੈ। ਨਗਨ ਦੇਖ ਕਰ ਬਸਤਰ ਉਡਾਵੇ, ਜੇ ਕੋਈ ਸਰੀਰ ਤੋਂ ਨੰਗਾ ਹੈ ਉਸ ਨੂੰ ਪਹਿਨਣ ਵਾਸਤੇ ਬਸਤਰ ਦਿੰਦੇ ਹੈ। ਚਰਚਾ ਗੁਰੂ ਸ਼ਬਦ ਨਿਤ ਭਾਵ, ਨਿਤਾ ਪ੍ਰਤੀ ਜਿਹੜਾ ਮਨ ਜੋੜਿਆ ਹੋਇਆ, ਗੁਰ ਸ਼ਬਦ ਦੀ ਵਿਚਾਰ ਕਰਦੇ ਆ ਗੁਰਸਿੱਖਾਂ ਨਾਲ। ਗੁਰ ਸ਼ਬਦ ਦੀ ਵਿਚਾਰ ਦਾ ਮਤਲਬ ਪਤਾ ਕੀ ਹੈ? ਗਿਆਨਵਾਨ ਸਿੱਖ ਨੂੰ ਪੁੱਛਣਾ ਜੀ ਆਹ ਸ਼ਬਦ ਦੇ ਕੀ ਅਰਥ ਹਨ, ਆਹ ਪੰਕਤੀਆਂ ਦੇ ਕੀ ਅਰਥ ਹਨ, ਇਹ ਸ਼ਬਦ ਦੀ ਵਿਚਾਰ ਕਰਨੀ ਹੁੰਦੀ ਹੈ। ਇਹ ਖਿਆਲ ਰੱਖਣਾ ਚਾਹੀਦਾ,
ਸ਼ਬਦ ਵਿਚਾਰ ਕਿਸ ਨੂੰ ਕਿਹਾ ਜਾਂਦਾ? ਇੱਕ ਤਾਂ ਗੁਰਬਾਣੀ ਦੀਆਂ ਪੰਕਤੀਆਂ, ਗੁਰ ਸ਼ਬਦ ਦੀ ਬਾਣੀ ਦੇ ਅਰਥਾਂ ਦੀ ਵਿਚਾਰ ਸਮਝਣੀ। ਇੱਕ ਸ਼ਬਦ ਵਿਚਾਰ ਹੁੰਦੀ ਆ, ਗੁਰਸਿੱਖ ਇਕਾਂਤ ਵਿੱਚ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਮਨ ਨੂੰ, ਜਾਂ ਪੰਜ ਬਾਣੀਆਂ ਦਾ, ਜਾਂ ਸੁਖਮਨੀ ਸਾਹਿਬ ਆਸਾ ਜੀ ਦੀ ਵਾਰ, ਸਿੱਧ ਗੋਸ਼ਟ, ਪੰਜ ਗ੍ਰੰਥੀ, ਤਾਂ ਉਹਦੇ ਅਰਥ ਭਾਵ ਨੂੰ ਆਪਣੇ ਹਿਰਦੇ ਵਿੱਚ ਵਿਚਾਰ ਰਿਹਾ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਲ ਨਾਲ। ਇਹ ਹੈ ਸ਼ਬਦ ਵਿਚਾਰ, ਹੋਰ ਕੋਈ ਸ਼ਬਦ ਵਿਚਾਰ ਨਹੀਂ, ਚਰਚਾ ਆਦਿਕ ਨਹੀਂ ਸ਼ਬਦ ਵਿਚਾਰ ਮੰਨੀ ਜਾਂਦੀ। ਗੁਰ ਸ਼ਬਦ ਦੀ ਵਿਚਾਰ ਕਰਦੇ ਹੈ ਔਰ ਬਾਣੀ ਦੀ ਵਿਚਾਰ ਵਿੱਚ ਇਹਨਾਂ ਦਾ ਮਨ ਲੱਗਦਾ ਹੈ। ਸ਼੍ਰੀ ਅਰਜਨ ਪ੍ਰਸੰਨ ਹੋਇਆ ਕਹਿਓ, ਭਾਈ ਦੀਪੇ ਦੀ ਕਰਨੀ ਸੇਵਾ ਕਮਾਈ ਦੇਖ ਕੇ ਧੰਨ ਗੁਰੂ ਅਰਜਨ ਦੇਵ ਜੀ ਬਹੁਤ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਸਤਿਗੁਰਾਂ ਨੇ ਵਰਦਾਨ ਦਿੱਤਾ, ਬਚਨ ਕੀਤਾ, ਦੀਪ ਪ੍ਰਕਾਸ਼ ਦੀਪ ਤੇ ਲਹਿਓ। ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਜਿਵੇਂ ਦੀਵੇ ਤੋਂ ਦੀਵਾ ਜਗ ਜਾਂਦਾ ਨਾ, ਕਹਿੰਦੇ ਇਉਂ ਤੇਰੇ ਹਿਰਦੇ ਵਿੱਚ ਗੁਰੂ ਰੂਪ ਦੀਵੇ ਤੋਂ ਤੇਰੇ ਹਿਰਦੇ ਵਿੱਚ ਗੁਰੂ ਦਾ ਗਿਆਨ, ਬ੍ਰਹਮ ਗਿਆਨ ਦਾ ਦੀਵਾ ਜਗ ਪਿਆ ਹੈ। ਭਾਈ ਦੀਪਾ, ਤੇਰੇ ਹਿਰਦੇ ਵਿੱਚ ਗੁਰੂ ਦੇ ਗਿਆਨ ਦਾ ਦੀਵਾ ਜਗ ਗਿਆ। ਗੁਰ ਕਾ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਿਵੇਂ ਦੀਵੇ ਤੋਂ ਦੀਵਾ ਜਗਾ ਲਈਦਾ, ਗੁਰੂ ਤੋਂ ਗੁਰੂ ਦੇ ਬ੍ਰਹਮ ਗਿਆਨ ਦੀ ਦਾਤ ਦੀ ਪ੍ਰਾਪਤੀ ਦਾ ਦੀਵਾ ਆਪਣੇ ਹਿਰਦੇ ਵਿੱਚ ਜਗਾ ਲਿਆ ਹੈ। ਅੰਧਕਾਰ ਕੋ ਹੋਤ ਬਿਨਾਸ਼, ਤੇਰੇ ਅਗਿਆਨ ਦੇ ਹਨੇਰੇ ਦਾ ਨਾਸ਼ ਹੋ ਗਿਆ ਹੈ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਵਾਲੀ ਅਵਸਥਾ ਤੈਨੂੰ ਪ੍ਰਾਪਤ ਹੋਈ ਹੈ। ਤਿਮ ਦੀਪੇ ਕੋ ਗਿਆਨ ਪ੍ਰਕਾਸ਼, ਜਿਵੇਂ ਦੀਵਾ ਜਗਣ ਨਾਲ ਹਨੇਰਾ ਨਾਸ਼ ਹੋ ਜਾਂਦਾ ਹੈ, ਇਵੇਂ ਭਾਈ ਦੀਪਿਆ ਤੇਰੇ ਹਿਰਦੇ ਵਿੱਚ ਬ੍ਰਹਮ ਗਿਆਨ ਦਾ ਦੀਵਾ ਜਗ ਪਿਆ, ਲੋ ਹੋ ਗਈ ਹੈ। ਹਮਨੇ ਇਹ ਦੀਪਕ ਸਮ ਕਰਿਓ, ਅਸੀਂ ਦੀਵਾ ਜਗਾਤਾ ਬ੍ਰਹਮ ਗਿਆਨ ਦਾ ਦੀਵਾ, ਜਿਵੇਂ ਪ੍ਰਕਾਸ਼ ਦਿੰਦਾ, ਚਾਨਣ ਦਿੰਦਾ, ਇਹ ਵੀ ਗੁਰਸਿੱਖਾਂ ਨੂੰ ਚਾਨਣ ਦਏਗਾ ਗੁਰਸਿੱਖੀ ਦਾ, ਭਉ ਭਗਤੀ ਦਾ। ਜੋ ਇਸ ਮਿਲੇ ਸੋ ਨਿਸਚੈ ਤਰਿਓ, ਐਡਾ ਵਰਦਾਨ ਦਿੱਤਾ, ਕਹਿੰਦੇ ਜਿਹੜਾ ਵੀ ਭਾਈ ਦੀਪੇ ਦੇ ਦਰਸ਼ਨ ਕਰੇਗਾ, ਜੋ ਇਹਨਾਂ ਨੂੰ ਮਿਲੇਗਾ, ਨਿਸ਼ਚੇ ਦਾ ਅਰਥ ਹੁੰਦਾ ਅਟਲ, ਇਹ ਵੀ ਅਰਥ ਹੈ ਇੱਕ ਨਿਸ਼ਚੇ ਦਾ, ਉਹ ਅਟਲ ਸੰਸਾਰ ਭੌਡਲ ਤੋਂ ਜ਼ਰੂਰ ਤਰੇਗਾ। ਮਹਾਰਾਜ ਕਹਿੰਦੇ ਉਹ ਸੰਸਾਰ ਭੌਡਲ ਤੋਂ ਸੁਖੈਨ ਤਰ ਜਾਵੇਗਾ, ਐਸਾ ਵਰਦਾਨ ਦਿੱਤਾ ਮੇਰੇ ਸਤਿਗੁਰਾਂ ਨੇ। ਇਸ ਪ੍ਰਕਾਰ ਜਿਨ ਸੇਵਾ ਕਮਾਈ, ਇਸ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਸੇਵਾ ਦੀ ਕਮਾਈ ਕੀਤੀ, ਸੇਵਾਵਾਂ ਕੀਤੀਆਂ, ਸੋ ਨਿਸ ਤਰੇ ਗੁਰੂ ਸ਼ਰਨ ਆਈ, ਉਹ ਗੁਰਸਿੱਖ ਮਾਈ ਭਾਈ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆ ਕੇ ਤਰ ਗਏ, ਤਰ ਗਏ, ਤਰ ਗਏ, ਨਦਰੋ ਨਦਰ ਨਿਹਾਲ 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 ਉਹਨਾਂ ਦਾ ਜੀਵਨ ਹੋ ਗਿਆ, ਭਾਈ ਗੁਰਮੁਖ ਦੀਪੇ ਜੀ ਦੀ ਤਰ੍ਹਾਂ। ਇਸ ਕਰਕੇ ਗੁਰੂ ਕੀ ਸ਼ਰਨ ਹੀ ਐਸੀ ਹੈ, ਗੁਰੂ ਕੀ ਮਹਾਨਤਾ ਹੀ ਐਸੀ ਹੈ। ਸੰਗਤ ਜੀ, ਇਹ ਸੰਗਤ ਦਾ ਪ੍ਰਤਾਪ ਹੈ, ਗੁਰੂ ਦੀਆਂ ਬਖਸ਼ਿਸ਼ਾਂ ਦਾ ਪ੍ਰਤਾਪ ਹੈ। ਆਓ ਹੁਣ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦੇ ਰਿਹਾ, ਸਾਰੇ ਨਗਰ ਦੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਹੈ। ਸਾਰੇ ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਕਮੇਟੀ ਦਾ, ਨਗਰ ਪੰਚਾਇਤ ਦਾ, ਸਰਦਾਰ ਸੁਖਰਾਜ ਸਿੰਘ ਜੀ,
ਜਿਨ੍ਹਾਂ ਦੇ ਉਪਰਾਲੇ ਨਾਲ ਅੱਜ ਦਾ ਇੱਕ ਰੋਜ਼ਾ ਸ਼ਹੀਦੀ ਸਮਾਗਮ ਇਸ ਅਸਥਾਨ 'ਤੇ ਰੱਖਿਆ। ਸਰਪੰਚ ਸਰਦਾਰ ਸੁਖਰਾਜ ਸਿੰਘ ਜੀ ਪਿਛਲੇ ਸਾਲਾਂ ਤੋਂ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹੈ ਔਰ ਵੱਧ ਚੜ੍ਹ ਕੇ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਸੇਵਾਵਾਂ ਦਾ ਵੀ ਸਹਿਯੋਗ ਦਿੰਦੇ ਹੈ। ਸੋ ਸਾਰੀਆਂ ਸੰਗਤਾਂ ਨੂੰ ਮੇਰੀ ਸਨਿਮਰ ਅਪੀਲ ਹੈ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਰੋਜ਼ਾਨਾ ਮਹਿਤੇ ਸ਼ਹੀਦੀ ਦੀਵਾਨ ਸ਼ਹੀਦਾਂ ਦੀ ਯਾਦ ਵਿੱਚ ਛੱਡਣੇ ਹਨ, ਸ਼ਾਮ ਨੂੰ 4 ਵਜੇ ਤੋਂ 6:30 ਵਜੇ ਤੱਕ, ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵੱਖ ਵੱਖ ਰਾਗੀ ਜਥੇ ਰੋਜ਼ਾਨਾ ਸਾਧ ਸਿੰਘ ਜੀ 1 ਘੰਟਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਕਰਨਗੇ। ਫਿਰ ਕਥਾ ਹੋਇਆ ਕਰੇਗੀ। ਆਪਣੇ ਨਗਰ ਇਲਾਕੇ ਦੇ ਨੇੜੇ ਹੀ ਹਨ ਸਾਰਿਆਂ ਦਾ ਆਪਣਾ ਸਾਧ ਸੰਗਤ ਜੀ, ਕੋਈ ਬਹੁਤਾ ਦੂਰੀ ਦਾ ਪੰਧ ਨਹੀਂ। ਇਸ ਲਈ ਰੋਜ਼ਾਨਾ ਹੀ ਤੁਸੀਂ ਸ਼ਹੀਦੀ ਸਮਾਗਮਾਂ ਵਿੱਚ ਹੁੰਮ ਹਮਾ ਕੇ ਹਾਜ਼ਰੀ ਭਰਿਆ ਕਰਨੀ ਹੈ। 6 ਜੂਨ ਨੂੰ ਸਾਰੇ ਨਗਰ ਦੀ ਸੰਗਤ ਨੇ ਹੁੰਮ ਹਮਾ ਕੇ ਸ਼ਹੀਦੀ ਸਮਾਗਮਾਂ ਵਿੱਚ ਆ ਕੇ ਸੁਬਾਹ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹਾਜ਼ਰੀ ਯਕੀਨੀ ਬਣਾਉਣੀ ਹੈ ਔਰ ਹਾਜ਼ਰੀਆਂ ਭਰਨੀਆਂ ਹਨ। 30 ਮਈ ਨੂੰ ਪਤਵੰਤੇ ਸਿੰਘਾਂ ਨੇ ਮੀਟਿੰਗ ਦੇ ਵਿੱਚ ਵੀ ਪਹੁੰਚਣਾ ਔਰ ਸਾਡੇ ਬਹੁਤ ਹੀ ਸਨਮਾਨਯੋਗ ਸਰਦਾਰ ਲਖਵਿੰਦਰ ਸਿੰਘ ਜੀ ਸੋਨਾ, ਚੇਅਰਮੈਨ ਸਾਹਿਬ ਖੱਬੇ ਰਾਜਪੂਤਾਂ, ਉਹਨਾਂ ਦਾ ਵੀ ਇਹਨਾਂ ਸਮਾਗਮਾਂ ਵਿੱਚ ਵੱਡਾ ਯੋਗਦਾਨ ਔਰ ਸਹਿਯੋਗ ਹੈ। ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ, ਸਾਰੀ ਸੰਗਤ ਦਾ ਧੰਨਵਾਦ ਹੈ। ਸੰਗਤ ਜੀ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਆ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਹੈ, ਕੇਸ ਕਟਾਏ ਹੈ, ਉਹ ਸਾਬਤ ਸੂਰਤ ਕੇਸ ਰੱਖੋ। ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰੋ। ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੁਣ ਅਰਦਾਸ ਹੋਏਗੀ, ਉਪਰੰਤ ਸ਼੍ਰੀ ਮੁਖ ਵਾਕ ਸਰਵਣ ਕਰਨੇ ਹਨ ਔਰ ਸਾਡੇ ਸਨਮਾਨਯੋਗ ਸਰਦਾਰ ਗੁਰਦੀਪ ਸਿੰਘ ਜੀ ਪ੍ਰਿੰਸੀਪਲ ਸਾਹਿਬ ਅਗਲੇ ਸਮਾਗਮਾਂ ਦੀਆਂ ਕੁਝ ਬੇਨਤੀਆਂ ਕਰਨਗੇ, ਰੂਪ ਰੇਖਾ ਦੱਸਣਗੇ, ਉਹ ਵੀ ਨਾਲ ਨਾਲ ਦੇਖ ਲੈਂਦੇ ਆ। ਧਿਆਨਪੂਰਵਕ ਬੇਨਤੀਆਂ ਸੁਣਨੀਆਂ ਹਨ, ਫਿਰ ਸੱਚੇ ਪਾਤਸ਼ਾਹ ਜੀ ਜਦੋਂ ਸੁਖਾਸਨ ਅਸਥਾਨ 'ਤੇ ਬਿਰਾਜਮਾਨ ਹੋਏ, ਫਿਰ ਸਾਰਿਆਂ ਨੇ ਲੰਗਰ ਜਲ ਪਾਣੀ ਛੱਕ ਕੇ ਘਰਾਂ ਨੂੰ ਜਾਣਾ। ਇਹ ਬੇਨਤੀਆਂ ਸਭ ਨੇ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਇਸ ਪ੍ਰਕਾਰ ਜਨ ਸੇਵਕ ਮਾਈ ਸੋ ਨਿਸਤਰੇ ਗੁਰੂ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ